ਮਾਈਂਡ ਕੀ ਕਹਿ ਰਿਹਾ ਸੀ ਮਾਈਂਡ ਇਹੀ ਸੀ ਵੀ ਅੱਜ ਹਿਸਟਰੀ ਕ੍ਰੀਏਟ ਕਰਕੇ ਜਾਣਾ ਤੁਹਾਡੇ ਕਰਕੇ ਨੈਸ਼ਨਲ ਐਂਥਮ ਹੋਇਆ ਕਿਸ ਤਰ੍ਹਾਂ ਦੀ ਫੀਲਿੰਗ ਸੀ ਇੱਕ ਪਲੇਅਰ ਆਸਤੇ ਸਭ ਤੋਂ ਬੈਸਟ ਮੂਮੈਂਟ ਹੁੰਦੀ ਆ ਇਹ ਮੈਨੂੰ ਲੱਗਦਾ ਕਿਤੋਂ ਖਰੀਦਿਆ ਨਹੀਂ ਮਿਲ ਸਕਦੀ ਖਰਚਾ ਤੁਹਾਨੂੰ ਪਤਾ ਸਪੋਰਟਸ ਦਾ ਬਹੁਤ ਜ਼ਿਆਦਾ ਹੁੰਦਾ ਆਪਾਂ 2 ਕਿੱਲੇ ਵੇਚਤੇ ਸੀਗੇ ਡੈਡੀ ਕਹਿੰਦਾ ਪੁੱਤ ਤੂੰ ਗੇਮ ਕਰ ਜ਼ਮੀਨ ਆਪਾਂ ਫੇਰ ਲੈ ਲਾਂਗੇ ਬੜੇ ਹੀ ਪਲੇਅਰ ਨੂੰ ਤਾਂ ਬੜਾ ਸੈਕਰੀਫਾਈਸ ਕੁਰਬਾਨੀਆਂ ਦੇਣੀਆਂ ਪੈਂਦੀਆਂ ਰਜਿੰਦਰ ਨੇ ਵੀ ਕੁਝ ਕੀਤਾ ਇੱਦਾਂ ਮੈਂ ਸਭ ਤੋਂ ਵੱਡੀ ਕੁਰਬਾਨੀ ਤਾਂ ਮੈਂ ਪਿਓ ਦੀ ਹੋਈ ਦਿੱਤੀ ਜਿਨ੍ਹਾਂ ਨੂੰ ਮੈਂ ਕਦੇ ਸੰਭਾਲ ਨਹੀਂ ਸਕਿਆ ਜਿਹੜੇ ਟਾਈਮ 'ਤੇ ਮੇਰੀ ਲੋੜ ਸੀਗੀ ਮੈਂ ਉਹਨਾਂ ਨਾਲ ਖੜ ਨਹੀਂ ਸਕਿਆ ਹੁਣ ਆਪਣੀ ਕੋਈ ਖੇਡ ਨੀਤੀ ਮੈਂ ਕਹੂੰਗਾ ਵੀ ਕੋਈ ਇੰਨੀ ਵਧੀਆ ਨਹੀਂ ਹੈਗੀ 26 ਲੱਖ ਰੁਪਈਆ ਉਹ ਪੈਰਾ ਓਲੰਪਿਕ ਵਾਲਿਆਂ ਤੋਂ ਉਹਨਾਂ ਨਾਲ ਵੀ ਵੱਧ ਆਪਣੇ ਕੋਲ ਮੈਨੂੰ ਲੱਗਦਾ ਸੀ ਤਾਂ ਫਿਰ ਉਹਨਾਂ ਤੋਂ ਵੀ ਲਈ ਆ ਗਏ ਹਾਂ ਨਾ ਜਕਾਰਤਾ ਦੇ ਵਿੱਚ ਖਤਮ ਹੋਈਆਂ ਏਸ਼ੀਅਨ ਗੇਮਸ ਦੇ ਵਿੱਚ ਭਾਰਤੀ ਐਥਲੀਟਸ ਦਾ ਪ੍ਰਦਰਸ਼ਨ ਇਸ ਵਾਰ ਬਹੁਤ ਵਧੀਆ ਰਿਹਾ ਚਾਹੇ ਜੈਵਲਿਨ ਥਰੋ ਹੋਏ ਚਾਹੇ ਸ਼ਾਟ ਪੁੱਟ ਹੋਏ ਚਾਹੇ ਟ੍ਰਿਪਲ ਜੰਪ ਹੋਏ ਜਾਂ 1500 ਮੀਟਰ ਹੋਵੇ ਇਹ ਸਾਰੇ ਉਹ ਇਵੈਂਟ ਸੀਗੇ ਜਿਹਦੇ ਵਿੱਚ ਮੈਡਲਸ ਭਾਰਤ ਦੀ ਝੋਲੀ ਪਏ ਲੇਕਿਨ ਐਥਲੀਟਸ ਦਾ ਖਾਤਾ ਖੋਲ੍ਹਣ ਵਾਲੇ ਤਜਿੰਦਰਪਾਲ ਸਿੰਘ ਧੂਰ ਸ਼ਾਟ ਪੁੱਟ 'ਚ ਗੋਲਡ ਲਿਆ ਭਾਰਤ ਵਾਸਤੇ ਸਾਡੇ ਨਾਲ ਨੇ ਤਜਿੰਦਰ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤਜਿੰਦਰ ਜੀ ਸ਼ਾਟ ਪੁੱਟ ਇੱਕ ਇੱਦਾਂ ਦੀ ਗੇਮ ਹੈ ਜਿਹੜੇ ਕਿ ਹਰ ਲੋਕ ਨਹੀਂ ਉਹਨੂੰ ਚੁਣਦੇ ਨਹੀਂ ਜਾਂ ਉਹਦੇ 'ਚ ਨਹੀਂ ਜਾਂਦੇ ਆ ਅਤੇ ਤਜਿੰਦਰ ਦਾ ਸ਼ਾਟ ਪੁੱਟ 'ਚ ਕਿੱਦਾਂ ਸ਼ੌਂਕ ਪਿਆ ਇਹ ਪਹਿਲਾਂ ਮੇਰੇ ਡੈਡੀ ਨੂੰ ਬੜਾ ਸ਼ੌਂਕ ਸੀਗਾ ਉਹ ਪਹਿਲਾਂ ਰੱਸਾ ਕੱਸੀ ਦੇ ਪਲੇਅਰ ਰਹੇ ਨੇ ਅਤੇ ਮੇਰੇ ਚਾਚਾ ਜੀ ਪੰਜਾਬ ਪੁਲਿਸ ਵਿੱਚ ਗੁਰਦੇਵ ਸਿੰਘ ਉਹ ਵੀ ਸ਼ਾਟ ਪੁੱਟ ਕਰਦੇ ਰਹੇ ਨੇ ਅਤੇ ਉਹਨਾਂ ਨੂੰ ਦੇਖਦੇ ਦੇਖਦੇ ਮਤਲਬ ਡੈਡੀ ਕਹਿੰਦੇ ਵੀ ਇਹ ਗੇਮ ਵੱਲ ਵਿੱਚ ਆਓ ਫਿਰ ਮੈਂ ਮੋਗੇ ਸ਼ੁਰੂ ਕੀਤਾ ਗੰਨਾਣੇ ਕਾਲਜ ਤੋਂ ਤਾਂ ਫਿਰ ਚੱਲਦਾ ਚੱਲਦਾ ਜਿੱਥੇ ਤੱਕ ਪਹੁੰਚ ਕਿੰਨੀ ਕੁ ਏਜ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਮੈਨੂੰ ਲੱਗਦਾ ਮੈਂ 10-11 ਸਾਲ ਦਾ ਸੀਗਾ ਜਦੋਂ ਸ਼ਾਟ ਪੁੱਟ ਸ਼ੁਰੂ ਕੀਤਾ ਅਤੇ ਅੱਜ ਮੈਨੂੰ 14 ਸਾਲ ਹੋ ਚੱਲੇ ਇਹ ਤਾਂ ਬੜਾ ਹੈਵੀ ਹੁੰਦਾ ਜਿਹੜਾ ਸ਼ਾਟ ਪੁੱਟ ਦਾ ਗੋਲਾ ਹੁੰਦਾ ਹੈ ਅਤੇ ਉਦੋਂ ਫਿਰ ਮੁਸ਼ਕਲ ਨਹੀਂ ਆਈ ਤੁਹਾਨੂੰ ਚੁੱਕਣ 'ਚ ਨਹੀਂ ਸਟਾਰਟਿੰਗ 'ਚ ਜਿੱਦਾਂ ਏਜ ਵਾਈਜ਼ ਹੁੰਦਾ ਜੀ 16 ਸਾਲ ਤੱਕ ਹੁੰਦਾ 5 ਕਿਲੋ ਦਾ ਫਿਰ 6 ਕਿਲੋ ਦਾ ਫਿਰ ਮੈਨੂੰ ਵਿੱਚ ਆ ਕੇ ਸਟੈਂਡਰਡ ਸਾਈਜ਼ 7 ਕਿਲੋ ਤੋਂ 7 ਕਿਲੋ ਅਤੇ ਜਦੋਂ ਤੁਸੀਂ ਐਜ਼ ਅ ਕਿਡ ਇਹ ਗੇਮ ਨੂੰ ਸ਼ੁਰੂ ਕੀਤਾ ਚਲੋ ਘਰੋਂ ਤੁਹਾਨੂੰ ਪ੍ਰੇਰਨਾ ਮਿਲੀ ਅਤੇ ਲੱਗਦਾ ਸੀ ਕਦੀ ਵੀ ਇੰਡੀਆ ਖੇਲੂੰਗਾ ਮੈਂ ਹਾਂਜੀ ਮਤਲਬ ਮੇਰੀ ਪ੍ਰੋਗਰੈਸ ਬੜੀ ਵਧੀਆ ਚੱਲ ਰਹੀ ਸੀਗੀ ਅਤੇ ਮੇਰੇ ਚਾਚਾ ਜੀ ਕਹਿੰਦੇ ਹੁੰਦੇ ਸੀ ਵੀ ਇੱਕ ਦਿਨ ਤੂੰ ਵਧੀਆ ਥਰੋ ਮਾਰੇਗਾ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਮੇਰੇ ਕੋਚ ਸਾਹਿਬ ਐਮ ਐਸ ਢਿੱਲੋਂ ਕੋਲ ਮੈਂ ਚਲਾ ਗਿਆ ਅਤੇ ਫਿਰ ਇੰਡੀਆ ਰਿਕਾਰਡ ਵੀ ਹੋ ਗਿਆ ਏਸ਼ੀਅਨ ਗੇਮਸ ਰਿਕਾਰਡ ਵੀ ਹੋ ਗਿਆ ਅਤੇ ਮੇਰੀ ਫੈਮਿਲੀ ਨੂੰ ਸਾਰਿਆਂ ਨੂੰ ਵਧੀਆ ਲੱਗ ਰਿਹਾ ਇਹ ਕਦੋਂ ਲੱਗਾ ਵੀ ਤੁਹਾਨੂੰ ਵੀ ਜਦੋਂ ਮੈਂ ਇਹਨੂੰ ਫੁੱਲ ਟਾਈਮ ਆਪਣਾ ਪ੍ਰੋਫੈਸ਼ਨ ਬਣਾਵਾਂ ਜਾਂ ਇਹਨੂੰ ਸ਼ੁਰੂ ਕਰਾਂ ਮੈਂ ਦੇਖੋ ਸਟੱਡੀ ਵਿੱਚ ਇੰਨਾ ਵਧੀਆ ਨਹੀਂ ਸੀਗਾ ਮੈਨੂੰ ਸ਼ੁਰੂ ਤੋਂ ਹੀ ਗੇਮਾਂ ਵਿੱਚ ਜਿਵੇਂ ਕ੍ਰਿਕਟ ਹੋ ਗਈ ਕੋਈ ਵੀ ਗੇਮ ਹੋ ਗਈ ਮੈਨੂੰ ਬੜਾ ਵਧੀਆ ਲੱਗਦਾ ਸੀ ਖੇਡਣਾ ਅਤੇ ਜਿਵੇਂ ਜਿਵੇਂ ਇੱਧਰ ਮੈਂ ਵਿੱਚ ਟਾਈਮ ਸਮਾਂ ਬੀਤਦਾ ਗਿਆ ਉਵੇਂ ਉਵੇਂ ਗੇਮ ਦੇ ਨਾਲ ਵੀ ਪਿਆਰ ਵੱਧਦਾ ਗਿਆ ਅਤੇ ਉਹਦੇ ਲਈ ਫਿਰ ਡੇਲੀ ਇੱਕ ਕਮਿਟਮੈਂਟ ਤੁਸੀਂ ਰੱਖ ਲਈ ਵੀ ਮੈਂ ਹੁਣ ਇਹ ਇਸ ਗੇਮ ਦੇ ਵਿੱਚ ਹੀ ਅੱਗੇ ਜਾ ਕੇ ਤਰੱਕੀ ਕਰਨੀ ਆ ਜਾਂ ਇਹਦੇ ਲਈ ਕੁਛ ਸਪੈਸ਼ਲ ਐਫਰਟ ਕੀ ਪਾਇਆ ਤੁਸੀਂ ਕਿਉਂਕਿ ਇੱਕ ਬੱਚਾ ਪਿੰਡ ਦੇ ਵਿੱਚ ਇੱਕ ਸੁਪਨਾ ਦੇਖਦਾ ਕਿ ਮੈਂ ਪਲੇਅਰ ਬਣਨਾ ਲੇਕਿਨ ਉਹਨੂੰ ਪੂਰਾ ਕਰਨ ਲਈ ਉਹਨੂੰ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ ਗਰਾਊਂਡ ਜਾਣਾ ਪੈਂਦਾ ਹੈ ਅਤੇ ਉਹ ਮੋਟੀਵੇਸ਼ਨ ਕੀ ਰਹੀ ਤੁਹਾਡੀ ਲਾਈਫ ਦੇ ਵਿੱਚ ਵੀ ਕਿਸ ਚੀਜ਼ ਨੇ ਤੁਹਾਨੂੰ ਰੋਜ਼ ਮੋਟੀਵੇਟ ਕੀਤਾ ਹਾਂਜੀ ਦੇਖੋ ਜਿੱਦਾਂ ਮੇਰੇ ਡੈਡੀ ਦਾ ਸੁਪਨਾ ਸੀਗਾ ਵੀ ਮੈਂ ਇੰਡੀਆ ਰਿਕਾਰਡ ਕਰਾਂ ਮਤਲਬ ਉਹ ਚੀਜ਼ ਮੈਨੂੰ ਰੋਜ਼ ਖਿੱਚ ਲਿਆਉਂਦੀ ਸੀਗੀ ਵੀ ਮੈਂ ਗਰਾਊਂਡ ਵਿੱਚ ਆ ਕੇ ਆਪਣੀ ਮਿਹਨਤ ਕਰਾਂ ਅਤੇ ਮੇਰਾ ਜਿਹੜਾ ਕੋਚ ਸੀ ਪਹਿਲਾਂ ਮੇਰੇ ਚਾਚਾ ਜੀ ਗੁਰਦੇਵ ਸਿੰਘ ਜੀ ਉਹਨਾਂ ਨੇ ਬੜੀ ਮਿਹਨਤ ਕੀਤੀ ਮੇਰੇ 'ਤੇ ਫਿਰ ਮੇਰੇ ਕੋਚ ਆ ਗਏ ਮਹਿੰਦਰ ਸਿੰਘ ਢਿੱਲੋਂ ਉਹਨਾਂ ਨੇ ਬੜਾ ਹਾਰਡ ਵਰਕ ਕੀਤਾ ਮੇਰੇ 'ਤੇ ਆਪਣਾ ਘਰ ਬਾਰ ਛੱਡ ਕੇ ਜਿੱਦਾਂ ਮੈਂ ਛੱਡਿਆ ਉੱਦਾਂ ਹੀ ਉਹਨਾਂ ਨੇ ਛੱਡਿਆ ਫਿਰ ਮੈਨੂੰ ਮਨ ਦੇ ਵਿੱਚ ਹੁੰਦਾ ਵੀ ਉਹ ਬੰਦੇ ਮੇਰੇ ਵਾਸਤੇ ਇੰਨਾ ਕਰ ਰਹੇ ਨੇ ਅਤੇ ਮੈਨੂੰ ਵੀ ਆਪਣੀ ਆਊਟਪੁੱਟ 100 ਤੋਂ ਵੱਧ ਦੇਣੀ ਚਾਹੀਦੀ ਅਤੇ ਫਿਰ ਇਹਦੇ ਲਈ ਬੜੀ ਟ੍ਰੇਨਿੰਗ ਚਾਹੀਦੀ ਹੋਊਗੀ ਜਿਮ ਸ਼ਿਮ ਤੁਸੀਂ ਕਰਦੇ ਹੋ ਕਿਉਂਕਿ ਪਾਵਰ ਗੇਮ ਹੈ ਅਤੇ ਉਹ ਪਿੰਡ 'ਚ ਕੀ ਮਾਹੌਲ ਹੈਗਾ ਸੀ ਇੱਦਾਂ ਦਾ ਹਾਂਜੀ ਉਦੋਂ ਜਿੱਦਾਂ ਮੈਨੇਜ ਕਰ ਲੈਂਦੇ ਜਿੱਦਾਂ ਮੋਗੇ ਜਿਮ ਹੁੰਦਾ ਸੀਗਾ ਇੱਥੇ ਘੱਲ ਕਲਾਂ ਥਰੂਆਂ ਲਾ ਲਈਆਂ ਅੱਧੀ ਵੇਟ ਟ੍ਰੇਨਿੰਗ ਇੱਥੇ ਹੋ ਗਈ ਐਂ ਮਤਲਬ ਵੰਡ ਕੇ ਵਰਕ ਕਰਦੇ ਰਹੇ ਜੀ ਅਤੇ ਉਹ ਫਿਰ ਇੰਟਰਨੈਸ਼ਨਲ ਪਹਿਲਾਂ ਇੰਡੀਆ ਵੱਲੋਂ ਕਦੋਂ ਖੇਡਿਆ ਪਹਿਲਾਂ 2015 ਦੇ ਵਿੱਚ ਵਰਲਡ ਇੰਟਰਵਰਸਿਟੀ ਸਾਊਥ ਕੋਰੀਆ ਹੋਈ ਸੀ ਉੱਥੇ ਮੈਂ ਫਿਫਥ ਰੈਂਕ ਔਰ ਮੈਡਲ ਕਦੋਂ ਆਇਆ ਸਭ ਤੋਂ ਪਹਿਲੇ ਭਾਰਤ ਵੱਲੋਂ ਸਭ ਤੋਂ ਪਹਿਲਾਂ ਮੈਡਲ ਮੇਰਾ 2017 ਦੇ ਵਿੱਚ ਆਇਆ ਸੀ ਉਹ ਆਪਣੇ ਕਜ਼ਾਕਿਸਤਾਨ ਵਿੱਚ ਮੀਟ ਹੋਈ ਸੀਗੀ ਕੋਈ ਅਤੇ ਉੱਥੇ ਮੈਂ ਉਹਨਾਂ ਦਾ ਰਿਕਾਰਡ ਵੀ ਤੋੜਿਆ ਸੀ ਮਤਲਬ 22 ਸਾਲ ਪੁਰਾਣਾ ਸੀ 20-1 ਥਰੋ ਲਾਈ ਸੀ ਅਤੇ ਤਜਿੰਦਰ ਜਦੋਂ ਫਿਰ ਸਫ਼ਰ ਸ਼ੁਰੂ ਕੀਤਾ ਐਤਕੀ ਜਦੋਂ ਏਸ਼ੀਅਨ ਗੇਮਸ ਲਈ ਸਿਲੈਕਸ਼ਨ ਹੋਈ ਹਾਂਜੀ ਅਤੇ
ਜਦੋਂ ਤੁਸੀਂ ਜਾ ਰਹੇ ਸੀ ਏਸ਼ੀਅਨ ਗੇਮਸ ਦੇ ਲੱਗਦਾ ਸੀ ਵੀ ਮੈਡਲ ਆਊਗਾ ਤੁਹਾਡਾ? ਹਾਂਜੀ, ਮਿਹਨਤ ਇੰਨੇ ਹਾਰਡ ਤਰੀਕੇ ਨਾਲ ਕੀਤੀ ਸੀ, ਇੰਨੇ ਬੁਰੇ ਵਕਤ ਦੇ ਵਿੱਚੋਂ ਨਿਕਲ ਕੇ ਆਇਆ ਸੀਗਾ ਅਤੇ ਦਿਲ ਅਤੇ ਦਿਮਾਗ ਵਿੱਚ ਇਹੀ ਸੀ ਵੀ ਮੈਡਲ ਤਾਂ ਲੈ ਕੇ ਹੀ ਆਉਣਾ, ਲੈ ਕੇ ਵੀ ਗੋਲਡ ਆਉਣਾ ਅਤੇ ਉੱਥੇ ਵੀ ਮਤਲਬ ਮੈਂ ਪਹਿਲੀ ਥਰੋ 'ਤੇ ਗੋਲਡ ਚੱਲ ਰਿਹਾ ਸੀ। ਅਤੇ ਉਹ ਜਦੋਂ ਤੁਸੀਂ ਗਏ ਬੜੀ, ਕਿਉਂਕਿ ਇਹ ਤੁਸੀਂ ਇੰਟਰਨੈਸ਼ਨਲ ਪਹਿਲੇ ਖੇਡੇ ਸੀ ਪਰ ਏਸ਼ੀਅਨ ਗੇਮਸ ਦਾ ਇੱਕ ਅਲੱਗ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ, ਦੁਨੀਆ ਭਰ ਤੋਂ ਖਿਡਾਰੀ ਆਏ ਹੁੰਦੇ ਆ ਔਰ ਪਰਫੋਰਮ ਕਰਦੇ ਆ, ਹਰ ਬੰਦਾ ਆਪਣੀ ਕੰਟਰੀ ਲਈ ਮੈਡਲ ਜਿੱਤਣਾ ਹੁੰਦਾ, ਕੋਈ ਉੱਥੇ ਪ੍ਰੈਸ਼ਰ ਸੀਗਾ, ਕੋਈ ਜ਼ੋਨ ਸੀਗਾ ਇੱਦਾਂ ਦਾ ਵੀ ਲੱਗਾ ਵੀ ਹਾਂ ਯਾਰ ਵੀ ਗੱਲ ਬਾਂਦੀ ਬਾਂਦੀ ਰਹਿ ਨਾ ਜਾਏ ਕਿਤੇ? ਨਹੀਂ, ਪ੍ਰੈਸ਼ਰ ਦੇਖੋ ਆਪਾਂ ਕੋਈ ਵੀ ਮਤਲਬ ਬੰਦੇ ਨੂੰ ਲੈ ਲਈਏ, ਮਤਲਬ ਬੰਦਾ ਐਗਜ਼ਾਮ ਵਿੱਚ ਬਹਿੰਦਾ ਉਹ 'ਤੇ ਹੀ ਪ੍ਰੈਸ਼ਰ ਹੁੰਦਾ, ਜਦੋਂ ਬੰਦਾ ਸਟਾਰਟ ਕਰਦਾ ਪ੍ਰੈਸ਼ਰ ਉਹ ਤੋਂ ਪਹਿਲਾਂ ਹੁੰਦਾ ਵਾ ਅਤੇ ਜਦੋਂ ਬੰਦਾ ਆਪਣਾ ਮਤਲਬ ਕੋਈ ਵੀ ਐਕਟੀਵਿਟੀ ਸਟਾਰਟ ਕਰ ਦਿੰਦਾ ਫਿਰ ਸਾਰਾ ਪ੍ਰੈਸ਼ਰ ਖਤਮ ਹੋ ਜਾਂਦਾ। ਅਤੇ ਜਦੋਂ ਫਿਰ ਉਹ ਬਿਗ ਡੇ ਆਇਆ, ਜਦੋਂ ਉਹ ਮੈਚ ਆਇਆ ਉਗਲਾ, ਅਤੇ ਉਦਨ ਤੁਹਾਡਾ ਕੀ ਮਾਈਂਡਸੈਟ ਕੀ ਸੀ? ਮਤਲਬ ਹਜ਼ਾਰਾਂ ਲੋਕ ਸੀ ਸਟੇਡੀਅਮ ਦੇ ਵਿੱਚ ਔਰ ਸਾਰਾ ਫੋਕਸ ਵੀ ਸੀਗਾ ਤੁਹਾਡੇ ਉੱਤੇ, ਅਤੇ ਕੀ ਮਾਈਂਡਸੈਟ ਸੀ, ਮਾਈਂਡ ਕੀ ਕਹਿ ਰਿਹਾ ਸੀ ਉਦੋਂ? ਉਦਨ ਮਾਈਂਡ ਇਹੀ ਸੀ ਵੀ ਅੱਜ ਹਿਸਟਰੀ ਕ੍ਰੀਏਟ ਕਰਕੇ ਜਾਣੀ ਹੈ ਅਤੇ ਉਹ ਕੀਤੀ ਹੈ। This is a much better performance than we saw from him in the Commonwealth into six at the beginning. What's he got here? 20-75. That's a game's record for the big man. No wonder the coaches are smiling. You cannot see that being challenged. Cometh the hour, cometh the giant. ਕੰਪੀਟੀਟਰ ਕੌਣ ਸੀ ਤੁਹਾਡਾ, ਸੈਕਿੰਡ ਕੌਣ ਆਇਆ? ਚਾਈਨਾ ਦਾ। ਚਾਈਨਾ, ਔਰ ਚਾਈਨਾ ਬੜਾ ਟਫ ਕੰਪੀਟੀਸ਼ਨ ਮੰਨਿਆ ਜਾਂਦਾ ਏਸ਼ੀਆ ਦੇ ਵਿੱਚ। ਏਸ਼ੀਆ ਦੇ ਵਿੱਚ ਅਤੇ ਇਹ ਲੱਗਦਾ ਸੀ ਵੀ ਇੰਨਾ ਆਸਾਨ ਰਹੇਗਾ ਕਿਉਂਕਿ ਤੁਸੀਂ ਤਾਂ ਰਿਕਾਰਡ ਬਣਾਤਾ ਸੀ ਉਸ ਦਿਨ। ਜਿੱਦਾਂ ਮਤਲਬ ਪਹਿਲੀ ਥਰੋ ਤਾਂ ਆਪਾਂ ਸ਼ੋਰ ਹੋ ਗਿਆ ਸੀਗਾ, ਫਿਰ ਦੂਜੀ ਤੀਜੀ ਥਰੋ ਮੇਰੀ ਇੰਨੀ ਵਧੀਆ ਨਹੀਂ ਗਈ, ਚੌਥੀ ਥਰੋ ਫਿਰ ਸੇਮ ਥਰੋ ਹੋ ਗਈ ਪਹਿਲੀ ਜਿੰਨੀ ਫਸਟ ਸੀਗੀ, ਫਿਰ ਪੰਜਵੀਂ ਥਰੋ 'ਤੇ ਆਪਣਾ ਏਸ਼ੀਅਨ ਗੇਮਸ ਰਿਕਾਰਡ ਅਤੇ ਇੰਡੀਆ ਰਿਕਾਰਡ ਹੋ ਗਿਆ। ਅਤੇ ਉਸ ਤੋਂ ਪਹਿਲਾਂ ਜਿੱਦਾਂ ਵਾਰਮ ਅਪ ਏਰੀਏ ਦੇ ਵਿੱਚ ਸਾਰੇ ਬੰਦੇ ਥਰੋਆਂ ਲਾ ਰਹੇ ਸੀਗੇ ਅਤੇ ਮੈਂ ਆਪਣੇ ਕੋਚ ਸਾਹਿਬ ਨਾਲ ਡਿਸਕਸ਼ਨ ਕਰ ਰਿਹਾ ਸੀਗਾ ਵੀ ਐਮ ਐਸ ਢਿੱਲੋਂ ਨਾਲ ਵੀ ਆਪਾਂ ਥਰੋ ਲਾਉਣੀ ਆ ਜਾਂ ਨਹੀਂ ਲਾਉਣੀ। ਉਹਨਾਂ ਨੇ ਮੈਨੂੰ ਮਨਾ ਕਰਤਾ, ਕਹਿੰਦੇ ਆਪਾਂ ਅੰਦਰ ਹੀ ਲਾਉਣੀ ਥਰੋ ਜਾ ਕੇ। ਅੱਛਾ, ਉੱਦਣ ਮਤਲਬ ਵਾਰਮ ਅਪ ਨਹੀਂ ਕੀਤਾ? ਵਾਰਮ ਅਪ ਨਹੀਂ ਕੀਤਾ, ਬਿਲਕੁਲ ਨਹੀਂ ਕੀਤਾ। ਅਤੇ ਉੱਦਾਂ ਬਸ ਇਕੱਲੀਆਂ ਖਾਲੀ ਟਰਨਾਂ ਮਰਾਈਆਂ ਉਹਨਾਂ ਨੇ ਸਰਕਲ ਵਿੱਚ ਦੋ ਤਿੰਨ ਬਸ, ਅਤੇ ਮੈਨੂੰ ਵੀ ਲੱਗ ਰਿਹਾ ਵੀ ਮੈਂ ਵੀ ਥਰੋ ਲਾਵਾਂ ਇੱਕ ਅੱਧੀ ਵਾਰਮ ਅਪ, ਪਰ ਮੈਨੂੰ ਲਾਉਣ ਨਹੀਂ ਦਿੱਤੀ। ਅਤੇ ਪਹਿਲੀ ਥਰੋ ਮੈਂ ਅੰਦਰ ਚੱਕੀ ਵਾਰਮ ਅਪ 20 ਮੀਟਰ ਮਾਰੀ ਥਰੋ, ਉਸ ਚੀਜ਼ ਤੋਂ ਮੈਂ ਬੜਾ ਬੂਸਟ ਹੋਇਆ। ਅਤੇ ਇਹ ਕੋਈ ਖਾਸ ਸਟ੍ਰੈਟੇਜੀ ਸੀ ਵੀ ਵਾਰਮ ਅਪ ਨਹੀਂ ਕਰਾਇਆ ਉੱਦਣ ਔਰ ਸਿੱਧਾ ਹੀ ਕਿਹਾ ਵੀ ਨਹੀਂ ਫਾਈਨਲ ਉੱਥੇ ਹੀ ਸੁੱਟਾਂਗੇ? ਉਹਨਾਂ ਨੂੰ ਇਉਂ ਸੀ ਵੀ ਹਾਲੇ ਕੰਪੀਟੀਸ਼ਨ ਵਿੱਚ ਜ਼ਿਆਦਾ ਟਾਈਮ ਪਿਆ ਵਾ ਵੀ ਬੋਡੀ ਐਗਜ਼ੌਸਟ ਨਾ ਹੋਵੇ, ਥੱਕ ਨਾ ਜਾਏ। ਥੱਕ ਨਾ ਜਾਏ, ਹਾਂਜੀ। ਅਤੇ ਰਿਕਾਰਡ ਕੋਈ ਬਣਾਇਆ, ਬੜੀ ਚਰਚਾ ਸੀ ਦੀ ਤੁਸੀਂ, ਉਹ ਕੀ ਰਿਕਾਰਡਸ ਕੀ ਨੇ ਪਹਿਲੇ ਇੰਡੀਆ 'ਚ, ਕੀ ਰਿਕਾਰਡ ਸੀ ਏਸ਼ੀਅਨ ਦਾ, ਕੀ ਰਿਕਾਰਡ ਸੀ, ਤੁਸੀਂ ਕਿਹੜਾ ਬਣਾਇਆ? ਪਹਿਲਾਂ ਏਸ਼ੀਅਨ ਗੇਮਸ ਦਾ ਰਿਕਾਰਡ ਸੀ ਸੁਲਤਾਨ ਦਾ, ਉਹ ਸੀ 20.54 ਦਾ। ਅਤੇ ਫਿਰ ਆਪਣਾ ਇੰਡੀਆ ਰਿਕਾਰਡ ਸੀਗਾ 20.69 ਦਾ, ਉਹ ਓਮ ਪ੍ਰਕਾਸ਼ ਹਰਿਆਣੇ ਦਾ ਹੈ। ਅਤੇ ਹੁਣ ਆਪਣੇ ਦੋਨੋਂ ਰਿਕਾਰਡ 20.75 ਨਾਲ ਗੇਮਸ ਅਤੇ ਇੰਡੀਆ ਰਿਕਾਰਡ। ਅਤੇ ਏਸ਼ੀਅਨ ਗੇਮਸ ਦੇ ਵਿੱਚ ਜਦੋਂ ਗੋਲਡ ਮੈਡਲ ਆਇਆ, ਜਦੋਂ ਤੁਸੀਂ ਉਹ ਉੱਥੇ ਸੁੱਟਿਆ ਗੋਲਾ, ਤੁਹਾਨੂੰ ਉਸ ਵੇਲੇ ਸ਼ੋਰ ਹੋ ਗਿਆ ਸੀ ਵੀ ਮੈਡਲ ਆ ਗਿਆ ਮੇਰਾ? ਹਾਂਜੀ, ਪਹਿਲੀ ਥਰੋ ਤੋਂ ਸ਼ੋਰ ਹੋ ਗਿਆ ਸੀ ਵੀ ਅੱਜ ਹੀ ਕੰਮ ਮੈਦਾਨ ਫਤਿਹ ਕਰਾਊਗਾ ਆਪਾਂ। ਅਤੇ ਕੌਨਫੀਡੈਂਸ ਕਿੱਥੋਂ ਆਇਆ ਇੱਕਦਮ ਵੀ ਹਾਂ? ਕੌਨਫੀਡੈਂਸ ਦੇਖੋ ਜੀ, ਹੁਣ ਮੇਰੀ ਫੈਮਿਲੀ ਆ, ਜਿੱਦਾਂ ਮੇਰਾ ਡੈਡੀ ਪਿਛਲੇ 2-3 ਸਾਲ ਤੋਂ ਕੈਂਸਰ ਨਾਲ ਲੜ ਰਿਹਾ, ਉਹਨਾਂ ਦੀ ਕੁਰਬਾਨੀ ਆ ਵੀ ਮੈਨੂੰ ਉਹਨਾਂ ਨੇ ਇੱਕ ਦਿਨ ਵੀ ਨਹੀਂ ਮੈਨੂੰ ਸੱਦਿਆ ਵੀ ਇੰਨਾ ਡੈਡੀ ਢਿੱਲਾ ਵਾ ਵੀ ਮੇਰੀ ਮਾਤਾ ਉਹਨਾਂ ਨੂੰ ਲੈ ਕੇ ਤੁਰੇ ਫਿਰਦੇ ਨੇ। ਅਤੇ ਮੇਰੇ ਇਹ ਚੀਜ਼ ਮੈਨੂੰ ਬੜਾ ਮੋਟੀਵੇਟ ਕਰਦੀ ਰਹੀ ਵੀ ਮੈਡਲ ਲੈ ਕੇ ਜਾਣਾ ਵਾ, ਵੀ ਉਹਨਾਂ ਦੀ ਇੰਨੀ ਮਿਹਨਤ ਆ ਪਿੱਛੇ ਸਾਰੇ ਪਰਿਵਾਰ ਦੀ, ਮੇਰੇ ਫਰੈਂਡ ਸਰਕਲ ਦੀ। ਅਤੇ ਤਜਿੰਦਰ, ਫਿਰ ਏਸ਼ੀਅਨ ਗੇਮਸ ਹੁਣ ਗੋਲਡ ਮੈਡਲ ਥੋੜ੍ਹਾ ਆ ਗਿਆ, ਅਤੇ ਤੁਹਾਨੂੰ ਲੱਗਦਾ ਵੀ ਇਹ ਟਰਨਿੰਗ ਪੁਆਇੰਟ ਹੈ ਤੁਹਾਡੀ ਜ਼ਿੰਦਗੀ ਦਾ? ਹਾਂਜੀ ਬਿਲਕੁਲ, ਇਹ ਇਸ ਮੈਡਲ ਤੋਂ ਪਹਿਲਾਂ ਦੇਖੋ ਮੀਡੀਆ ਨੇ ਕਿੰਨਾ ਚੱਕਿਆ, ਮਤਲਬ ਲੋਕ ਇੱਕ ਹਿਸਾਬ ਦੇ ਜਾਣਨ ਲੱਗ ਜਾਂਦੇ ਨੇ ਇਸ ਮੈਡਲ ਤੋਂ ਬਾਅਦ। ਅਤੇ ਬਹੁਤ ਸਾਰੀਆਂ ਵਧੀਆ ਜੋਬਸ ਦੇ ਵੀ ਔਫਰ ਆਉਂਦੇ ਨੇ, ਅਤੇ ਇਹ ਮੈਡਲ ਤੋਂ ਮੈਨੂੰ ਇਹ ਵੀ ਸ਼ੋਰ ਹੋ ਰਿਹਾ ਵੀ ਮੈਂ ਓਲੰਪਿਕ 'ਚ ਵੀ ਵਧੀਆ ਕਰ ਸਕਦਾ। ਹੁਣ ਅਗਲਾ ਟਾਰਗੇਟ ਕੀ ਹੈ ਤਜਿੰਦਰਪਾਲ ਸਿੰਘ ਦਾ ਅਗਲਾ, ਕਿਉਂਕਿ ਹੁਣ ਠੀਕ ਹੈ ਲੋਕ ਤੁਹਾਨੂੰ ਅੱਜ ਦੀ ਡੇਟ 'ਚ ਤੁਸੀਂ ਇੱਕ ਪਾਪੂਲਰ ਫੇਸ ਹੋ, ਲੋਕ ਤੁਹਾਨੂੰ ਫੋਲੋ ਕਰਦੇ ਆ, ਮੀਡੀਆ ਫੋਲੋ ਕਰਦਾ, ਹੁਣ ਤਜਿੰਦਰ ਸਿੰਘ ਦਾ ਅਗਲਾ ਟਾਰਗੇਟ ਕੀ ਹੈ? ਹੁਣ ਮੇਰਾ ਅਗਲਾ ਟਾਰਗੇਟ ਤਾਂ ਜਿੱਦਾਂ ਅਗਲੇ ਸਾਲ ਮਤਲਬ ਵਰਲਡ ਚੈਂਪੀਅਨਸ਼ਿਪ ਆ ਗਈ, ਉਸ ਤੋਂ 20 ਦੇ ਵਿੱਚ ਓਲੰਪਿਕ ਹੈ, ਵਾਹਿਗੁਰੂ ਮਿਹਰ ਕਰੇ ਉੱਥੇ ਵਧੀਆ ਕਰਾਂਗੇ।
ओलंपिक लिए तो बड़ा टफ कॉम्पीटिशन है तो शॉटपुट का इंडिया के इंफ्रास्ट्रक्चर हैगा भी अपने प्लेयर उस हिसाब से तैयारी कराई जाए। हाँ जी देखो हूँ अपने एम एस ढिलो कोच हो गए साड़ी फैडरेशन होगी मतलब वधिया जे तुसी वधिया करोगे तो वधिया सपोर्ट कर देने की फर्क की है जो बाहर नेशन वधिया करते चाहे यू एस हो रशिया हो जो बाहरलियां कंट्रीज जो बैटर कर दी ने उन्होंने तो अपना फर्क की है भी ओलंपिक भी वधिया कर लेंगे लेकिन आप एशियन वधिया करते हैं पर ओलंपिक नहीं हो पाता। हूँ देखो फर्क तो है ही है हम डाइट का बहुत फर्क है हूँ उ सारे खाँदी बीफ ने इतने सू अरेजमेंट करना पैदा जितों वधिया मिलता तो दूजे नंबर पर टेक्नोलॉजी और टेक्नोलॉजी में लग जाता हूँ आ रहा नाल अपना भी मिक्सअप हो रहा सारा वधिया हो गया। जिहड़े लोग एशिया दे विच या कॉमनवैल्थ या ओलंपिक्स दे विच मैडल जीतते हैं तो जिंदर उन्हां दी एक वॉइस हुंदी है लोग उन्हां नूं सुनदे भी है और उन्हां दी गल दा असर भी हुंदा तो कुछ इंप्रूवमेंट्स तुसीं रेकमेंड करोगे भी ये चीज़ां करन ते इंडियन स्पोर्ट होर उपर जाएगी। हाँ जी जिदा अपने वधिया फिजियोथरैपिस्ट होने चाहिए ने भी किसी भी प्लेयर दे विच कोई भी इंजरी हो जाए जे माड़ा फिजियो होगा तो वह 20 दिन लगेगा मतलब मसल रिकवर होने जो कोई वधिया फिजियो आ उन्होंने वो 3-4 दिन के ही सेव कर गया। हूँ देखो 15 दिन तो बच गए अपने ये चीज़ के नाल इंप्रूवमेंट एक वधिया डाइटिशियन होने चाहिए ने बी बॉडी वेट के हिसाब से डाइट बने इनू कि प्रोटीन किन्ने कार्ब सारा चाहिए वा मतलब ये चीज़ा होनिया बहुत जरूरी ने वधिया सप्लीमेंट मिलने चाहिए ने जिदा हूँ कई बार सप्लीमेंट गलत आ जाते हैं तो वह फिर डोप टेस्ट होंगे जिदा बंदा फिर उदा गलत फेल हो जाता वो ना जिंदर असं देख रहे जो तुम ग्राउंड एंटर किया बड़े यंगस्टर जो इतने प्रैक्टिस करते हैं उन्होंने तालिया मारिया वेलकम किया लगता एशियन गेम के मैडल तो बाद जिंदगी बदल गई है तजिंद्रपाल सिंह भी। हाँ जी हाँ देखो जिदा हूँ अपना ये मुंडे क्रिकेट खेल रहे थे इतने तो इन्होंने देखो कि वधिया वेलकम किया ये चीज़ का मतलब मैडल का असर तो बहुत होया लोग जानन लग गए ने सारा इलाका सारा जिला स्टेट भी जानन लग गई इंडिया के ना वाहेगुरु की कृपा हुई है। तुसी नेवी लिए भी काम करते हो? हाँ जी मैं इंडियन नेवी च इंडियन नेवी दे विच वो भी एक रिस्पोंसिबिलिटी तुसी कंट्री वास्ते भी करते हो? हाँ जी वो देखो उन्होंने मेरा बड़ी सपोर्ट रही इंडियन नेवी दे साडे नेवी दे कैप्टन ने अजय कुमार बैल साडे हरदीप भाजी हो गए ये मतलब मैनू बड़ी सपोर्ट करते हैं जो भी काम कार होंगे ने मेरे सारे यही करते हैं। हुण जिद्दां डैडी एडमिट सीगे उत्थे अपने पंचकूला कमांड हॉस्पिटल फिर इन्होंने उत्थे डॉक्टरों ने गल की भी सूँ किसी भी प्रकार की कोई मेडिसिन नहीं मिलती या कोई प्रॉब्लम आँदी है कहें वो असी सारा हल करके देवे सूँ दसो तुम। वैसे भी प्लेयर की एक लाइफ जी बड़ी डिसिपलिन होंगी है बड़ा औखा संघर्ष हों फोर्स ने भी कुछ जरा जी क्योंकि डिसिपलिन फोर्स है नेवी इन्हें भी कुछ कॉन्ट्रीब्यूशन दिता थोड़ी लाइफ के चेंज की जिंदगी थोड़ी जी? देखो भी उन्होंने काम आ भी मेरा मेरा काम जोड़ा है गेम खेडना उन्होंने काम भी मैं बिल्कुल टेंशन फ्री रखते हैं मतलब ना मैं कि बुला दिल्ली बी आओ थोनू आ काम आ सारा काम मेरा इदा हो जाता वा हूँ जो बंद का एक पास फोकस रहा तो बंदा ऑटोमैटिकली आपका 100% दिता ही दिता जो मतलब वो तो कोई टेंशन पैंती है फिर सारा रिदम खराब हो जाता बंद का। तो जिंदर जी जो उ मैडल आया फिर जो लगा भी मैं हाँ गोल्ड मैडल हो गया मेरा और जो अनाउंसमेंट हुई थोड़े करके नैशनल एंथम होया की माहौल सी और किस तरह की फीलिंग सी? वो देखो हर एक प्लेयर आस्ते किसी दूसरी कंट्री जाके नैशनल एंथम वजना वो मतलब बड़ी प्राउड वाली गल होंदी है ये जो जानता हों जिदा मैडल आया हों जो कोच जानता हों भी मैडल पिछे उन्होंने की हार्डवर्क किया कि पसीना बहाया मतलब ये एक प्लेयर आस्ते सब तो बेस्ट मूवमेंट होंगी है ये मैं लगता कितों खरीदिया नहीं मिल सकदियां ये जड़िया मूवमेंट होंगे। कि
ਕਿਹਦੇ ਨਾਲ ਗੱਲ ਕੀਤੀ ਫਿਰ ਉਦੋਂ ਉਸੇ ਵੇਲੇ? ਜੀ ਮੇਰੇ ਐਮ ਐਸ ਕੋਚ ਖੜੇ ਸੀਗੇ ਢਿੱਲੋਂ ਸਾਹਿਬ, ਉਹਨਾਂ ਦੇ ਪੈਰੀਂ ਹੱਥ ਲਾਏ, ਆਸ਼ੀਰਵਾਦ ਲਿਆ ਬਈ ਆਪਣੀ ਮਿਹਨਤ ਦੋਵਾਂ ਜਣਿਆਂ ਦੀ ਅੱਜ ਮੁੱਲ ਪਿਆ ਮਿਹਨਤ। ਪਿੰਡ ਗੱਲ ਹੋਈ ਕਿਸੇ ਨਾਲ? ਪਿੰਡ ਨਹੀਂ, ਉਸ ਤੋਂ ਬਾਅਦ ਫਿਰ ਮੈਨੂੰ ਡੋਪ ਟੈਸਟ ਵਾਸਤੇ ਫਿਰ ਜਿੱਦਾਂ ਪਲੇਅਰ ਨੂੰ ਲੈ ਜਾਂਦੇ ਆ, ਫਿਰ ਉੱਧਰ 12-1 ਵਜੇ ਫ੍ਰੀ ਹੋਇਆ ਮੈਂ, ਫਿਰ ਆ ਕੇ ਗੱਲ ਹੋਈ। ਤਜਿੰਦਰ, ਹੁਣ ਤੁਸੀਂ ਏਸ਼ੀਅਨ ਗੇਮਸ ਗੋਲਡ ਮੈਡਲਿਸਟ ਹੋ ਔਰ ਜ਼ਿੰਮੇਵਾਰੀ ਵਧਾਈ ਹੈ ਇਸ ਮੈਡਲ ਨੇ? ਬਿਲਕੁਲ ਵਧਾਈ ਹੈ ਜੀ, ਹੁਣ ਹੋਰ ਵਧੀਆ ਕਰਾਂਗੇ ਇਸ ਤੋਂ ਅੱਗੇ, ਇੰਡੀਆ ਦਾ ਨਾਮ ਓਲੰਪਿਕ ਦੇ ਵਿੱਚ ਵਧੀਆ ਗੂੰਜੇਗਾ, ਇੰਨੀ ਮਿਹਨਤ ਕਰਾਂਗੇ ਆਪਾਂ। ਹੋਰ ਕਿੰਨੇ ਕੁ ਲੋਕ ਨੇ ਜਿਹੜੇ ਸ਼ਾਰਟਪੁੱਟ 'ਚ ਆਉਣਾ ਚਾਹੁੰਦੇ, ਮਿਲਦੇ ਆ ਤੁਹਾਨੂੰ ਯੰਗਸਟਰ? ਤਾਂ ਲੱਗਦਾ ਹੁਣ ਪਿੰਡ ਦੇ ਵਿੱਚ ਵੀ ਆਉਣਗੇ ਲੋਕ ਫੋਲੋ ਕਰਨ? ਦੇਖੋ, ਜਿਸ ਦਿਨ ਆਪਣਾ ਮੈਡਲ ਆਇਆ ਉਸ ਦਿਨ ਤੋਂ ਮੁੰਡੇ ਪਿੰਡ 'ਚ ਬੜਾ ਜਾਣ ਲੱਗ ਗਏ ਨੇ ਗੋਲੇ ਵਾਸਤੇ। ਯੰਗਸਟਰ ਤੁਹਾਨੂੰ ਫੋਲੋ ਕਰਦੇ ਆ ਪਿੰਡ ਦੇ ਵਿੱਚ, ਹੁਣ ਤੁਸੀਂ ਸਟੇਟ ਦੇ ਵਿੱਚ ਰੋਲ ਮਾਡਲ ਹੋ, ਪਰ ਇਹ ਤੁਹਾਡੇ ਨੇੜੇ ਨੇ ਕਿਉਂਕਿ ਤੁਹਾਡੇ ਪਿੰਡ ਦੇ ਨੇ। ਹਾਂਜੀ। ਅਤੇ ਪੰਜਾਬ ਲਈ ਇੱਕ ਬੜਾ ਕ੍ਰਾਈਸਿਸ ਸਿਚੁਏਸ਼ਨ ਰਹੀ ਵੀ ਨਸ਼ੇ ਨੁਸ਼ੇ ਕਰਕੇ, ਔਰ ਯੂਥ ਬੜਾ ਜਾਂਦਾ, ਅਤੇ ਹੁਣ ਇੱਕ ਤੁਸੀਂ ਯੂਥ ਆਈਕੋਨ ਹੋ। ਹਾਂਜੀ। ਠੀਕ ਹੈ, 24-25 ਸਾਲ ਤੁਹਾਡੀ ਉਮਰ ਹੈ, ਗੋਲਡ ਮੈਡਲਿਸਟ ਹੋ, ਜੇ ਯੂਥ ਨੂੰ ਇੱਕ ਸੁਣਿਆ ਦੇਣਾ ਹੋਏ ਕੀ ਦਓਗੇ? ਜਿੱਦਾਂ ਉਹ ਆਪਣਾ ਸੋਸ਼ਲ ਆਪਣੇ ਸਾਈਟਾਂ ਹੋ ਗਈਆਂ, ਵਟਸਐਪ, ਫੇਸਬੁੱਕ, ਆਪਣਾ ਸਾਰਾ ਟਾਈਮ ਦਿਨ ਦੇ ਮੁੱਲਾਂ 8-9 ਘੰਟੇ ਉੱਧਰ ਵੇਸਟ ਕਰ ਰਹੇ ਨੇ, ਹੁਣ ਉਹਨਾਂ ਨੂੰ ਮਜ਼ਾ ਆ ਰਿਹਾ ਇਸ ਚੀਜ਼ ਬਾਰੇ ਚਲਾ ਕੇ, ਪਰ ਉਹ ਆਪਣੀ ਆਉਣ ਵਾਲੀ ਲਾਈਫ ਬੜੀ ਖਰਾਬ ਕਰ ਰਹੇ ਨੇ। ਇਸ ਤੋਂ ਹੀ ਬੱਚਾ ਮਤਲਬ ਵਿਗੜਦਾ, ਨਸ਼ਿਆਂ ਵਿੱਚ ਜਾਂਦਾ ਜਾਂ ਗਲਤ ਪਾਸੇ ਜਾਂਦਾ, ਇਹ ਮਤਲਬ ਚੰਗੀ ਗੱਲ ਨਹੀਂ। ਇਹਨੂੰ ਲਿਮਿਟ ਦੇ ਨਾਲ ਯੂਜ਼ ਕਰਨਾ ਚਾਹੀਦਾ, ਅਤੇ ਗਰਾਊਂਡ ਦੇ ਵਿੱਚ ਜਿੰਨਾ ਆਪਾਂ ਵੱਧ ਤੋਂ ਵੱਧ ਜੁੜਾਂਗੇ ਉਨੇ ਆਪਾਂ ਫਿੱਟ ਰਹਾਂਗੇ, ਅਤੇ ਕੋਈ ਵੀ ਗੇਮ ਚੁਣੋ ਉਹਦੇ ਵਿੱਚ ਆਪਣਾ ਪ੍ਰੋਫੈਸ਼ਨ ਵਧਾਉਣਾ ਚਾਹੀਦਾ, ਉਹਦੇ ਵਿੱਚ ਮਿਹਨਤ ਕਰੋ ਤਾਂ ਮੈਡਲ ਕੋਈ ਵੀ ਹਾਸਲ ਕਰ ਸਕਦਾ। ਸਰਕਾਰ ਵੀ ਇੱਕ ਰੋਲ ਨਿਭਾ ਸਕਦੀ ਹੈ ਹੋਰ ਸਪੋਰਟਸ ਨੂੰ ਪੰਜਾਬ ਦੇ ਵਿੱਚ ਵਧੀਆ ਕਰਨ ਲਈ? ਹਾਂਜੀ, ਦੇਖੋ ਅੱਜ ਤੋਂ ਹਰਿਆਣਾ ਨੂੰ ਤੁਸੀਂ ਲੈ ਲਓ, ਅੱਜ ਤੋਂ 20 ਸਾਲ ਪਿੱਛੇ ਚੱਲ ਜਾਓ, ਹਰਿਆਣਾ ਕੀ ਸੀਗਾ? ਮੈਨੂੰ ਲੱਗਦਾ ਐਡਾ ਕੋਈ ਖਾਸ ਰਿਜ਼ਲਟ ਨਹੀਂ ਸੀ। ਸਰਕਾਰਾਂ ਦਾ ਹੁੰਦਾ ਵੀ ਖੇਡ ਨੀਤੀ ਵਧੀਆ ਬਣਾਉਣ, ਹੁਣ ਆਪਣੀ ਕੋਈ ਖੇਡ ਨੀਤੀ ਮੈਂ ਕਹੂੰਗਾ ਵੀ ਕੋਈ ਇੰਨੀ ਵਧੀਆ ਨਹੀਂ ਹੈਗੀ। ਹੁਣ 26 ਲੱਖ ਰੁਪਈਆ ਆਪਣੇ ਗੋਲਡ ਦਾ ਦੇ ਰਹੇ ਨੇ, ਅਤੇ 26 ਲੱਖ ਰੁਪਈਆ ਉਹ ਪੈਰਾ ਓਲੰਪਿਕ ਵਾਲਿਆਂ ਤੋਂ, ਉਹਨਾਂ ਦਾ ਵੀ ਵੱਧ ਆਪਣੇ ਤੋਂ। ਮੈਨੂੰ ਲੱਗਦਾ ਅਸੀਂ ਤਾਂ ਫਿਰ ਉਹਨਾਂ ਤੋਂ ਵੀ ਥੱਲੇ ਹੀ ਆ ਗਏ ਹਾਂ ਨਾ। ਉਹਨਾਂ ਸਰਕਾਰਾਂ ਨੂੰ ਚਾਹੀਦਾ ਵੀ ਚੰਗੀ ਖੇਡ ਨੀਤੀ ਬਣਨੀ ਚਾਹੀਦੀ ਹੈ। ਹਰਿਆਣਾ 'ਚ 3 ਕਰੋੜ ਦਿੰਦੇ? 1 ਕਰੋੜ ਦੇ ਰਹੇ ਨੇ ਇਸ ਮੈਡਲ ਦਾ। ਉੜੀਸਾ ਕਿੰਨੀ ਗਰੀਬ ਸਟੇਟ ਆ, 3 ਕਰੋੜ ਉਹਨਾਂ ਨੇ ਦਿੱਤਾ। ਇਹਨਾਂ ਨੂੰ ਕਰਨਾ ਚਾਹੀਦਾ, ਬਾਕੀ ਲੱਗੇ ਹੋਏ ਨੇ, ਕਹਿੰਦੇ ਨੇ ਸੁਧਾਰ ਕਰਾਂਗੇ। ਇਹ ਚੀਜ਼ ਹੈਲਪ ਕਰਦੀ? ਤੁਹਾਨੂੰ ਲੱਗਦਾ ਇਹੋ ਇੱਕ ਕਾਰਨ ਸੀਗਾ ਵੀ ਹਰਿਆਣਾ 'ਚ ਬਹੁਤ ਜ਼ਿਆਦਾ ਸਪੋਰਟਸ ਟੈਲੈਂਟ ਨਿਕਲਦਾ ਹੁਣ? ਬਿਲਕੁਲ ਇਹੀ ਕਾਰਨ ਆ। ਹੁਣ ਦੇਖੋ ਸਾਨੂੰ ਕੁਝ ਨਹੀਂ ਮਿਲਿਆ, ਸਾਡੇ ਜਿਹੜੇ ਪਿਛਲੇ ਆ ਰਹੇ ਨੇ ਉਹਨਾਂ ਦਾ ਆਪੇ ਹੌਸਲਾ ਟੁੱਟ ਜਾਣਾ ਵੀ ਜੋ ਜਿਹੜਾ ਇੰਨੇ ਵਧੀਆ ਕਰ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ ਅਤੇ ਸਾਨੂੰ ਕੀ ਮਿਲੂਗਾ। ਫਿਰ ਉਹ ਬਾਹਰ ਜਾ ਰਹੇ ਨੇ, ਕੋਈ ਨਸ਼ਿਆਂ 'ਚ ਵੜ ਰਹੇ ਨੇ। ਹੁਣ ਤੁਸੀਂ ਦੇਖ ਲਓ ਅਥਲੈਟਿਕ ਦੇ ਕਿੰਨੇ ਬੱਚੇ, ਜਿੱਦਾਂ ਪਹਿਲਾਂ ਜਿੱਦਾਂ ਗੌਂਡਰ ਹੋ ਗਿਆ, ਉਹ ਸਾਰੇ ਹੁਣ ਇੱਦਾਂ ਹੀ ਨਸ਼ਿਆਂ ਦੇ ਵਿੱਚ ਆਏ ਹੋਏ ਨੇ। ਅਤੇ ਇੱਕ ਅਪੀਲ ਜੇ ਪੰਜਾਬ ਸਰਕਾਰ ਨੂੰ ਵੀ ਕਰਨੀ ਹੋਵੇ? ਮੈਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦਾ ਹੱਥ ਜੋੜ ਕੇ ਜੀ, ਆਪਣਾ ਵਧੀਆ ਖੇਡ ਨੀਤੀਆਂ ਬਣਾਓ ਤਾਂ ਕਿ ਜੋ ਸਾਡਾ ਪੰਜਾਬ ਆ, ਇੰਨਾ ਦਲੇਰਾਂ ਦੀ ਕੌਮ ਆ ਆਪਣੀ ਪੰਜਾਬ ਦੀ, ਸਿੱਖਾਂ ਦੀ, ਉਹਨੂੰ ਉੱਪਰ ਚੱਕੀਏ ਅਤੇ ਇਹ ਵਧੀਆ ਮੈਡਲ ਲਿਆ ਸਕਦੇ ਨੇ ਜੇ ਵਧੀਆ ਖੇਡ ਨੀਤੀਆਂ ਬਣ ਗਈਆਂ ਤਾਂ। ਇੱਕ ਪਲੇਅਰ ਜਦੋਂ ਕਾਮਯਾਬ ਹੁੰਦਾ, ਮੈਡਲ ਲੈਂਦਾ, ਸਾਰਾ ਹਿੰਦੁਸਤਾਨ ਸਾਰੀ ਦੁਨੀਆ ਨੂੰ ਦੇਖਦੀ ਹੈ, ਲੋਕ ਫੋਲੋ ਕਰਦੇ ਨੇ, ਲੇਕਿਨ ਹਰ ਪਲੇਅਰ ਦੀ ਇੱਕ ਜਰਨੀ ਹੁੰਦੀ ਹੈ, ਕਿਸ ਤਰ੍ਹਾਂ ਉਹ ਬੱਚਿਆਂ ਤੋਂ ਲੈ ਕੇ ਆਪਣਾ ਸੁਪਨਾ ਦੇਖਦਾ ਔਰ ਉਸ ਤੋਂ ਬਾਅਦ ਨੈਸ਼ਨਲ ਅਰੀਨਾ, ਇੰਟਰਨੈਸ਼ਨਲ ਅਰੀਨਾ, ਏਸ਼ੀਅਨ ਗੇਮਸ। ਤਜਿੰਦਰ, ਇਸ ਸਫ਼ਰ ਕਿੰਨਾ ਕੁ ਮੁਸ਼ਕਿਲ ਔਰ ਕਿੰਨਾ ਕੁ ਆਸਾਨ ਰਿਹਾ? ਦੇਖੋ, ਕੋਈ ਵੀ ਚੀਜ਼ ਆਪਾਂ ਨਵੇਂ ਸਿਰੋਂ ਕੋਈ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਉਹ 'ਚ ਮੁਸ਼ਕਿਲਾਂ ਆਉਂਦੀਆਂ। ਰੱਬ ਆਪਾਂ ਨੂੰ ਟੈਸਟ ਕਰਦਾ ਵੀ ਅੱਗੇ ਜਾਊਗਾ ਕਿ ਇੱਥੇ ਇਹਨਾਂ ਨਾਲ ਲੜ ਕੇ ਖਤਮ ਹੋ ਜੂਗਾ। ਉਹਨਾਂ ਤੋਂ ਆਪਾਂ ਨੂੰ ਉੱਤੇ ਉੱਠ ਕੇ ਸੋਚ, ਜਿੱਦਾਂ ਆਪਣੇ ਨਾਲ ਬੜੇ ਚੰਗੇ ਲੋਕ ਵੀ ਜੁੜਦੇ ਨੇ, ਆਪਣੀ ਲੱਤਾਂ ਖਿੱਚਣ ਵਾਲੇ ਲੋਕ ਵੀ ਜੁੜਦੇ ਨੇ, ਫਿਰ ਉਹਨਾਂ ਦੇ ਵਿੱਚੋਂ ਆਪਾਂ ਨੂੰ ਨਿਕਲ ਕੇ ਅੱਗੇ ਆਉਣਾ ਪੈਂਦਾ। ਤਜਿੰਦਰਪਾਲ ਸਿੰਘ, ਤੂੰ ਅੱਜ ਏਸ਼ੀਅਨ ਗੇਮਸ ਦਾ ਗੋਲਡ ਮੈਡਲਿਸਟ ਹੈ, ਸਾਰੀ ਦੁਨੀਆ ਨੂੰ ਜਾਣਦੀ ਹੈ, ਤਜਿੰਦਰ ਨੂੰ ਵੀ ਕੋਈ ਇੱਦਾਂ ਦੀਆਂ ਮੁਸ਼ਕਿਲਾਂ ਆਈਆਂ? ਹਾਂਜੀ, ਬਹੁਤ ਆਈਆਂ, ਹੁਣ ਤੱਕ ਵੀ ਆ ਰਹੀਆਂ ਨੇ। ਜਿੱਦਾਂ ਪਹਿਲਾਂ ਗਰਾਊਂਡ ਦੇ ਵਿੱਚ ਹੀ ਹੋ ਜਾਂਦਾ ਸੀਗਾ, ਮਤਲਬ ਕਈ ਬੰਦੇ ਡਿਸਟਰਬ ਕਰਦੇ ਸੀ, ਇੱਥੇ ਘੱਲਾਂ ਦੇ ਵਿੱਚ ਵੀ ਥੋੜ੍ਹੇ, ਅੱਧੇ ਤੋਂ ਜ਼ਿਆਦਾ ਪਿੰਡ ਆਪਣੇ ਨਾਲ ਹੈ, ਅਤੇ ਥੋੜ੍ਹੇ ਜਿਹੇ ਬੰਦੇ ਸੀਗੇ ਵੀ
कोई कमरे की चाबी नहीं देनी जी, असी आए नहीं करना जी। चलो उन्होंने जवाब रब नहीं देता, मैडल ने जवाब देता। मतलब ट्रेनिंग लैके मुश्किल, ट्रेनिंग लैके हाँ जी, ट्रेनिंग नहीं कर देनी, इतने आए कर देंगे फिर सारा सैट हो गया होना। बाई जी होनी नाल से अपने। तो जो तुम एक सुपना वेख्या कि हाँ मैं एथलीट बनना, थोड़े फादर साहब ने देखा, थोड़े होर रिलेटिव से जो स्पोर्ट्स के जहाँ देखा, उस सुपने रियलाइज़ करने लिए बहुत ज़्यादा एक जर्नी लई, एक सफ़र रहा लंबा, कभी मन टुटा तो नहीं वो कोई होया हो, कोई इदा इंसीडेंट दसो जिस लगा है भी हाँ यार बड़ा औखा है। हम जो मैं आस्ट्रेलिया तो खेड के आया ना, कॉमनवैल्थ गेम खेड के आया, तो आद्या सारी मतलब डैडी बहुत ज़्यादा ढिले हो गए, जोड़ा कैंसर से ना उन्होंने ब्रेन में चला गया। तो पहला उन्होंने लैके गए कमांड हॉस्पिटल, उन्होंने रैफर करता दिल्ली RR हॉस्पिटल। तो उत्थे भी मैं अपने कोच नूं कहता जी भी मैं एशियन गेम छड्डूंगा, मैं खेडनियां नहीं हैगी भी। मैं कहा भी पहले नंबर पर मेरी फैमिली है, मेरा फादर आ भी जिहड़े आपां इत्थों तक लैके आए आ। तो दिल्ली चल गए असीं, मैं मतलब बिल्कुल टुट चुका सी भी मेरे प्लैन दे विच एशियन गेमां मैं कढ चुके भी मैं स्किप करूँगा छड्डूंगा। तो फिर उत्थे उन्होंने ट्रीटमेंट शुरू किया, ट्रीटमेंट होने लग गया, फिर मेरे कोच MS ढिल्लो मेरे पिछे दिल्ली आ गए, मैनू उत्थे ट्रेनिंग स्टार्ट कराती। फिर मैं ईवनिंग स्टैंडिंग ट्रेनिंग एक टाइम करता सीगा, मेरे भूआ जी का मुंडा सी उत्थे कमल, तो वह भी मैनू कहन लग गया तू ग्राउंड जा भी मैं इत्थे हैगा वा। तो मेरी माता भी मैनू कहन लग गई भी तू कहड़ा ट्रीटमेंट करना, करना तो डॉक्टर ने आ। फिर मैं उत्थे ट्रेनिंग शुरू करती, फिर चलो डैडी थोड़े रिकवर हो गए उत्थों, फिर मैं उत्थों साई नू कह के अपनी स्पोर्ट्स अथॉरिटी ऑफ इंडिया जी उन्होंने कह के मैं अपना कैंप धर्मशाला शिफ्ट करवा लिया। फिर उत्थे जाके मेरे आह मसल दे विच मतलब प्रॉब्लम आ गई, मतलब मेरे तो थ्रो नहीं लगती सी, थ्रो 15.5-16 meters जाए समझ मतलब आ नहीं रहा ही भाई की चक्कर पगी प्रॉब्लम आ रही है। ਤੇ ਉਦੋਂ ਬੜਾ ਵੀ ਮੈਂ ਏਸ਼ੀਅਨ ਗੇਮਾਂ ਤੋਂ ਕਿੰਨੀ ਦੇਰ ਪਹਿਲੇ ਮਤਲਬ 3-4 months ਪਹਿਲਾਂ ਦੀ ਗੱਲ ਹੈ। ਅੱਛਾ ਬਿਲਕੁਲ ਕਲੋਸ ਸੀ। ਹਾਂਜੀ 4 months ਪਹਿਲਾਂ ਮਈ ਦੀ ਗੱਲ ਕਰ ਰਿਹਾ ਮੈਂ। ਤੇ ਉਦੋਂ ਵੀ ਮੈਨੂੰ ਲੱਗਾ ਵੀ ਕੰਮ ਕਹਾਣੀ ਬਣਨੀ ਨਹੀਂ ਹੈਗੀ, ਕੋਚ ਮੈਨੂੰ ਬੜਾ ਬੂਸਟ ਕਰਦਾ ਰਿਹਾ ਮੇਰਾ, ਕਹਿੰਦਾ ਨਹੀਂ ਵਧੀਆ ਹੋਊਗਾ ਹੋਊਗਾ। ਚਲੋ ਚੱਲਦਾ ਗਿਆ, ਬੋਡੀ ਫਿੱਟ ਹੋਣੀ ਸ਼ੁਰੂ ਹੋ ਗਈ। ਫਿਰ ਇੰਟਰਸਟੇਟ ਸੀਗੀ ਜਿਹੜੀ ਗੁਹਾਟੀ, ਉਹਦੇ ਟਰਾਇਲ ਇੱਥੇ ਸੀ ਸੰਗਰੂਰ ਹੀ, ਇੱਥੇ ਮੈਂ 1985 throw ਲਾਈ ਸੀਗੀ। ਫਿਰ ਇੱਥੋਂ ਸੁੱਧਾ ਅਸੀਂ ਧਰਮਸ਼ਾਲਾ ਫਿਰ ਨਿਕਲ ਗਏ। ਫਿਰ ਐਕਸਰਸਾਈਜ਼ ਕਰਦੇ ਮੈਂ ਹਡਲ ਜੰਪ, ਮੈਂ ਹਡਲ ਤੋਂ ਅਗਲੇ ਦਿਨ ਡਿੱਗ ਗਿਆ, ਮੇਰੀ ਆਹ ਚੀਜ਼ ਮਤਲਬ ਪੂਰੀ ਸੁੱਜ ਗਈ, ਮਤਲਬ 15 days ਥੱਲੇ ਨਹੀਂ ਲੱਗੀ ਅੱਡੀ। ਉਦੋਂ ਵੀ ਮੈਨੂੰ ਬੜਾ ਖਰਾਬ ਹੋਇਆ, ਮੈਂ ਕਿਹਾ ਵੀ ਹੁਣ ਕਹਾਣੀ ਖਰਾਬ ਹੋ ਜਾਣੀ ਆ। ਇਹ ਵੀ ਏਸ਼ੀਅਨ ਗੇਮਾਂ ਦੇ ਨੇੜੇ ਹੋਇਆ, ਇਹ ਏਸ਼ੀਅਨ ਗੇਮਾਂ ਤੋਂ ਮਤਲਬ ਪਹਿਲਾਂ ਦੀ ਗੱਲ ਕਰ ਰਿਹਾ, ਇੰਟਰਸਟੇਟ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਅਤੇ ਫਿਰ ਇੰਟਰਸਟੇਟ ਆ ਗਈ, ਮਤਲਬ ਉੱਥੇ ਮੈਂ 4th throw ਤੱਕ ਮੈਂ 3rd-4th ਚੱਲ ਰਿਹਾ ਸੀਗਾ ਜੀ, ਮਤਲਬ ਮੈਡਲ 'ਚ ਨਹੀਂ ਸੀਗਾ। ਫਿਰ ਕੋਚ ਸਾਹਿਬ ਮੈਨੂੰ ਕਹੇ ਵੀ ਥਰੋ ਜਾਣੀ ਲੱਗੂਗੀ ਆਪਣੀ ਲੱਗੂਗੀ। ਫਿਰ ਮੈਨੂੰ ਵੀ ਸੀ ਕੌਨਫੀਡੈਂਸ ਸੀਗਾ ਆਪਦੇ 'ਤੇ, ਮਿਹਨਤ ਕੀਤੀ ਆ ਇੰਨਾ, ਕੁਰਬਾਨੀਆਂ ਕਰਕੇ ਵੀ ਸਾਰਿਆਂ ਦੀਆਂ ਆਪਾਂ ਅੱਗੇ ਆਏ ਹਾਂ। ਅਤੇ ਲਾਸਟ ਥਰੋ ਮੈਂ 1937 ਮਾਰ ਕੇ ਫਸਟ ਹੋ ਗਿਆ ਜੀ, ਮਤਲਬ 1950 ਦਾ ਕੁਆਲੀਫਾਈ ਸੀਗਾ, 1937 ਵਜੀ ਕੁਆਲੀਫਾਈ ਨਹੀਂ ਸੀ ਹੋਇਆ ਮੇਰੇ ਤੋਂ। ਮਤਲਬ ਮੇਰੀਆਂ ਜਿਹੜੀਆਂ ਪਹਿਲਾਂ ਵਾਲੀਆਂ ਮੀਟਾਂ ਸੀ, ਇੱਕ ਤਾਂ 20-24 ਲਾਈ, ਇੱਕ ਤਾਂ 20 meters ਲਾਈ, ਉਹਦੇ ਬਹਾਵ 'ਤੇ ਮੈਨੂੰ ਏਸ਼ੀਅਨ ਗੇਮਾਂ ਲੈ ਕੇ ਗਏ। ਅਤੇ ਪ੍ਰੈਕਟਿਸ 'ਚ ਕਿੰਨਾ ਵੱਜ ਰਿਹਾ ਸੀ? 20-75 ਤੁਸੀਂ ਪ੍ਰੈਕਟਿਸ? ਮੈਂ ਇੰਨੀਆਂ ਥਰੋਆਂ 20.5 meters ਬਾਈ ਏਸ਼ੀਅਨ ਗੇਮਾਂ ਜਾਣ ਤੋਂ ਪਹਿਲਾਂ ਮਾਰੀਆਂ ਸੀਗੀਆਂ। ਅਤੇ ਇਹ ਫਿਰ ਪਤਾ ਲੱਗਾ ਕਿ ਤੁਹਾਡੇ ਮਸਲ ਨੂੰ ਕੀ ਹੋਇਆ ਸੀ? ਹਾਂਜੀ, ਇੱਥੇ ਆਹ ਮਸਲ ਅਤੇ ਆਹ ਮਸਲ ਵੀਕ ਸੀਗਾ, ਫਿਰ ਫਿਜੀਓਥਰੈਪੀ ਕਰਾਈ ਦੀ, ਉਹਨਾਂ ਰਿਕਵਰ ਹੋ ਗਿਆ, ਉਹਦੀ ਸਟਰੈਂਥਨਿੰਗ ਕੀਤੀ। ਸਟਰੈਂਥਨਿੰਗ ਕੀਤੀ ਉਹਦੀ। ਇੱਕ ਬੜੀ ਸਪੋਰਟਸਮੈਨ ਦੀ ਲਾਈਫ ਬੜੀ ਅਪ ਐਂਡ ਡਾਊਨ ਹੁੰਦੀ ਹੈ, ਕੋਈ ਮਾੜਾ ਸਮਾਂ ਵੀ ਆਇਆ ਸਪੋਰਟਸ ਦੇ ਵਿੱਚ? ਸਟਾਰਟਿੰਗ ਦੇ ਵਿੱਚ ਬੜਾ ਸਟਰਗਲ ਮਤਲਬ ਕੀਤਾ, ਮਤਲਬ ਉਦੋਂ ਪੈਸਾ ਪੱਖੋਂ ਵੀ ਥੋੜ੍ਹੀ ਪ੍ਰੋਬਲਮ ਰਹੀ ਆ ਜੀ, ਜਦੋਂ ਡੈਡੀ ਨੂੰ ਕੈਂਸਰ ਹੋ ਗਿਆ ਉਹਨਾਂ ਦਾ ਖਰਚਾ ਵੱਧ ਗਿਆ ਜੀ, ਕਿਉਂਕਿ ਬੜਾ ਐਕਸਪੈਂਸਿਵ ਟ੍ਰੀਟਮੈਂਟ ਹੁੰਦਾ ਕੈਂਸਰ ਦਾ ਨਾ। ਬਿਲਕੁਲ। ਫਿਰ ਮੇਰਾ ਵੀ ਖਰਚਾ ਤੁਹਾਨੂੰ ਪਤਾ ਸਪੋਰਟਸ ਦਾ ਬਹੁਤ ਜ਼ਿਆਦਾ ਹੁੰਦਾ। ਫਿਰ ਉਹ ਟਾਈਮ ਦੇ ਵਿੱਚ ਆਪਾਂ 2 kg ਵੇਚਦੇ ਸੀਗੇ, ਡੈਡੀ ਕਹਿੰਦਾ ਪੁੱਤ ਤੂੰ ਗੇਮ ਕਰ, ਜ਼ਮੀਨ ਆਪਾਂ ਫਿਰ ਲੈ ਲਵਾਂਗੇ। ਮਤਲਬ ਤੁਹਾਡੇ ਸਪੋਰਟਸ ਦੇ ਪੈਸ਼ਨ ਨੂੰ ਪੂਰਾ ਕਰਨ ਲਈ ਮੇਰੇ ਡੈਡੀ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਜੀ, ਉਹੀ ਲੈ ਕੇ ਆਏ ਆ ਜੀ। ਉਹਨਾਂ ਨੂੰ ਪਿੰਡ 'ਚ ਮਤਲਬ ਮੈਨੂੰ ਲੱਗਦਾ ਕਰਮ ਦੇ ਨਾਲ ਨਹੀਂ, ਹੀਰੋ ਦੇ ਨਾਲ ਜ਼ਿਆਦਾ ਜਾਣਦੇ ਨੇ। ਅਤੇ ਹੁਣ ਉਹਨਾਂ ਦੀ ਜਿਹੜੀ ਇਹ ਦੁਨੀਆ ਤੋਂ ਵਿਦਾਈ ਕੀਤੀ ਆਪਾਂ ਜੀ, ਰੱਬ ਨੇ ਵਿਛੋੜਾ ਪਾਇਆ, ਉਹ ਵੀ ਹੀਰੋ ਵਾਂਗੂ ਹੀ ਗਏ ਆ। ਬਣ ਤੁਹਾਡੇ ਹੀਰੋ ਵੀ ਉਹੀ ਸੀ? ਆਪਣੇ ਵੀ ਰੋਲ ਮਾਡਲ ਉਹੀ ਸੀ। ਇੰਨਾ ਦੇਖੋ ਉਹ ਉਹਨਾਂ ਨੇ ਮਤਲਬ ਮਤਲਬ 12 ਦੇ ਸੀ ਜਦੋਂ ਉਹਨਾਂ ਦੇ ਡੈਡੀ ਮਤਲਬ ਮੇਰੇ ਦਾਦਾ ਜੀ ਗੁਜ਼ਰ ਗਏ, ਫਿਰ ਸਾਰੀ ਕਬੀਲਦਾਰੀ ਉਹੀ ਕਰਦੇ ਆ, ਆਪਣੀ ਵੀ ਸਾਨੂੰ ਵੀ ਇੱਥੋਂ ਤੱਕ ਲੈ ਕੇ ਆਏ।
ਤਜਿੰਦਰ ਜਦੋਂ ਇੰਟਰਨੈਸ਼ਨਲ ਮੈਚ ਜੋ ਤੁਸੀਂ ਖੇਡਣੇ ਸ਼ੁਰੂ ਕੀਤੇ ਔਰ ਇੰਡੀਆ ਲੈਵਲ 'ਤੇ ਚਲੇ ਗਏ ਉੱਥੇ ਕਦੀ ਬਹੁਤ ਵਧੀਆ ਜਿਹੜੀ ਤੁਹਾਡੀ ਜ਼ਿੰਦਗੀ ਦੀ ਤੁਸੀਂ ਕਹੋ ਵੀ ਇਹ ਮੇਰੀ ਸਭ ਤੋਂ ਵਧੀਆ ਮੂਮੈਂਟ ਸੀ ਉਹ ਕੀ ਸੀ? ਹੁਣ ਦੇਖੋ ਏਸ਼ੀਅਨ ਗੇਮ ਦੇ ਵਿੱਚ ਅਸੀਂ ਇੰਨੀ ਮੈਂ ਅਤੇ ਮੇਰਾ ਕੋਚ ਮੇਰੇ ਆਹ ਫਰੈਂਡ ਖੜ੍ਹੇ ਨੇ ਪਿੱਛੇ ਮਤਲਬ ਸਾਰਿਆਂ ਦੀ ਇਹਨਾਂ ਦੀ ਸੋਚ ਸੀ ਵੀ ਮੈਡਲ ਲੈ ਕੇ ਆਉਣਾ ਜਿਹੜੀ ਸੋਚ ਰੱਖੀ ਸੀ ਉਹ ਪੂਰੀ ਹੋਈ ਆਪਣੀ ਨਾਲ ਦੋ ਰਿਕਾਰਡ ਕੀਤੇ ਗਏ ਏਸ਼ੀਅਨ ਗੇਮਸ ਇੰਡੀਆ ਰਿਕਾਰਡ ਮਤਲਬ ਜਿੰਨੀਆਂ ਵੀ ਤੁਹਾਨੂੰ ਮੁਸ਼ਕਲਾਂ ਆਈਆਂ ਤੁਹਾਡੇ ਯਾਰ ਦੋਸਤ ਨਾਲ ਖੜ੍ਹੇ ਰਹੇ ਤੁਹਾਡੇ ਹੁਣ ਵੀ ਪਿੱਛੇ ਖੜ੍ਹੇ ਆ ਜੀ ਹਾਂਜੀ ਅਤੇ ਜਦੋਂ ਤੁਸੀਂ ਦੱਸਿਆ ਕਿ ਪੈਸੇ ਦੀ ਦਿੱਕਤ ਆਉਂਦੀ ਸੀ ਸ਼ੁਰੂ ਦੇ ਵਿੱਚ ਕਿਉਂਕਿ ਟ੍ਰੇਨਿੰਗ ਵੀ ਮਹਿੰਗੀ ਹੁੰਦੀ ਹੈ ਫਿਰ ਤੁਹਾਡੇ ਘਰ 'ਚ ਪ੍ਰੋਬਲਮ ਵੀ ਆ ਗਈ ਸੀ ਫਿਰ ਉਹਨੂੰ ਕਿੱਦਾਂ ਡੀਲ ਕਰਦੇ ਸੀ ਤੇਜਿੰਦਰ? ਮੇਰੀ ਦਾਦੀ ਜੀ ਕਨੇਡਾ ਨੇ ਅਤੇ ਉਹ ਮੇਰੀ ਹੈਲਪ ਬੜੀ ਕਰਦੇ ਰਹੇ ਨੇ ਆਸਟ੍ਰੇਲੀਆ 'ਚ ਮੇਰੇ ਰਾਜ ਆਂਟੀ ਨੇ ਉਹ ਵੀ ਪਹਿਲਾਂ ਗੋਲਾ ਕਰਦੇ ਸੀਗੇ ਮੇਰੇ ਕੋਚ ਐਮ ਐਸ ਢਿੱਲੋਂ ਕੋਲ ਉਹ ਮੇਰੀ ਬੜੀ ਹੈਲਪ ਕਰਦੇ ਰਹੇ ਉਹਨਾਂ ਨੂੰ ਬੜੀ ਸ਼ੌਂਕ ਆ ਉਹਨਾਂ ਨੂੰ ਬਈ ਮੈਂ ਵਧੀਆ ਮੈਡਲ ਲੈ ਕੇ ਆਵਾਂ ਹੈ ਨਾ ਉਹ ਮੇਰੀ ਪੂਰੀ ਹੈਲਪ ਕਰਦੇ ਰਹੇ ਤੁਸੀਂ ਬਚਪਨ ਤੋਂ ਸਪੋਰਟਸ ਸ਼ੁਰੂ ਕਰਤਾ ਸੀ ਕਦੀ ਮਨ ਟੁੱਟਾ ਤਾਂ ਨਹੀਂ ਵੀ ਇਹ ਵੀ ਨਹੀਂ ਯਾਰ ਇਹ ਮੁਸ਼ਕਲ ਹੋ ਜੂਗਾ ਹੁਣ ਕਿਉਂਕਿ ਸਟਰਗਲ ਬੜੀ ਹੁੰਦੀ ਹੈ ਪਲੇਅਰ ਦੀ ਲਾਈਫ ਦੇ ਵਿੱਚ? ਹਾਂਜੀ ਇਹ ਹੁੰਦਾ ਹੀ ਦੇਖੋ ਜਦੋਂ ਮੈਂ ਫਿੱਟ ਹੁੰਦਾ ਜਦੋਂ ਕੋਈ ਵੀ ਬੰਦਾ ਫਿੱਟ ਹੁੰਦਾ ਵੀ ਵਧੀਆ ਥਰੋਆਂ ਮਾਰਦਾ ਉਦੋਂ ਇੰਜਰੀ ਆ ਜੇ ਚੰਗਾ ਖਰਚਾ ਕੀਤਾ ਹੁੰਦਾ ਬੰਦੇ ਨੇ ਹੈ ਨਾ ਮਤਲਬ ਕੰਪਨੀ ਜਾਣ ਤੋਂ ਪਹਿਲਾਂ 10 ਦਿਨ ਪਹਿਲਾਂ ਆਪਣਾ ਕੋਈ ਮਸਲ ਖਿੱਚਿਆ ਜਾਵੇ ਉਦੋਂ ਲੱਗਦਾ ਬਈ ਇਹ ਕੀ ਹੋ ਗਿਆ ਵੀ ਮੈਂ ਤਾਂ ਇੰਨੀ ਮਿਹਨਤ ਕੀਤੀ ਇੰਨਾ ਪੈਸਾ ਖਰਚ ਕੀਤਾ ਜਦੋਂ ਬੰਦੇ ਕੋਲ ਜੋਬ ਨਹੀਂ ਹੁੰਦੀ ਉਦੋਂ ਜ਼ਿਆਦਾ ਪੈਸਾ ਨਹੀਂ ਹੁੰਦਾ ਬੰਦੇ ਕੋਲ ਹੈ ਨਾ ਉਦੋਂ ਕਈ ਵਾਰ ਲੱਗਦਾ ਫਿਰ ਉਸ ਟਾਈਮ 'ਤੇ ਤੁਹਾਡੇ ਜਿਹੜੇ ਵੈਲ ਵਿਸ਼ਰ ਨੇ ਤੁਹਾਡਾ ਪਰਿਵਾਰ ਆ ਗਿਆ ਤੁਹਾਡਾ ਕੋਚ ਆ ਗਿਆ ਉਹ ਤੁਹਾਨੂੰ ਹੌਸਲਾ ਦੇ ਕੇ ਚੱਕਦਾ ਨਹੀਂ ਵੀ ਇਹ ਕਿਹੜਾ ਲਾਸਟ ਕੰਪਟੀਸ਼ਨ ਆ ਅਗਲੇ 'ਤੇ ਸਹੀ ਫਿਰ ਇੱਦਾਂ ਬੰਦਾ ਅੱਗੇ ਵੱਧਦਾ ਰਹਿੰਦਾ ਅਤੇ ਹੁਣ ਤੁਸੀਂ ਇਸ ਤੋਂ ਬਾਅਦ ਏਸ਼ੀਅਨ ਗੇਮਸ ਮੈਡਲਿਸਟ ਹੋ ਅਤੇ ਆਪਣੀ ਜ਼ਿੰਦਗੀ ਨੂੰ ਕਿੱਥੇ ਵੇਖਦੇ ਹੋ ਲੱਗਦਾ ਉਹ ਸਟਰਗਲ ਜਿਹੜੀ ਹੈ ਹੁਣ ਘੱਟ ਜਾਏਗੀ ਕਿ ਹੋਰ ਕੁਝ ਹੋਰ ਚੀਜ਼ 'ਚ ਸਟਰਗਲ ਵੱਧ ਜਾਏਗੀ? ਦੇਖੋ ਜਦੋਂ ਬੰਦਾ ਇੱਕ ਮੁਕਾਮ 'ਤੇ ਪਹੁੰਚ ਜਾਂਦਾ ਮਤਲਬ ਫਾਈਨੈਂਸ਼ਲੀ ਉਹਨੂੰ ਕੋਈ ਇੰਨੀ ਟੈਨਸ਼ਨ ਘੱਟ ਜਾਂਦੀ ਹੈ ਨਾ ਅਤੇ ਫਿਰ ਉਹ ਬੰਦਾ ਅੱਗੇ ਵੱਲ ਵੇਖਣ ਲੱਗ ਜਾਂਦਾ ਵੀ ਆਪਾਂ ਹੁਣ ਏਸ਼ੀਆ ਤੱਕ ਆਪਾਂ ਵੀ ਸਹੀ ਹੋ ਗਿਆ ਕੰਮ ਮੈਡਲ ਗੋਲਡ ਲੈ ਲਿਆ ਹੁਣ ਆਪਾਂ ਜਿੱਦਾਂ ਮੈਂ ਹੁਣ ਓਲੰਪਿਕ ਆ ਗਈ ਵੀ ਉਹਦੇ ਵਾਸਤੇ ਕਿਹੜੀ ਟ੍ਰੇਨਿੰਗ ਕਰਨੀ ਚਾਹੀਦੀ ਆ ਵੀ ਆਪਾਂ ਜਿਹੜੀ ਥਰੋ 21 ਮੀਟਰ ਤੋਂ ਚੁੱਕ ਕੇ 22 ਮੀਟਰ 'ਤੇ ਕਿਵੇਂ ਲੈ ਕੇ ਜਾਣੀ ਫਿਰ ਬੰਦਾ ਉੱਧਰ ਨੂੰ ਅੱਗੇ ਵੱਲ ਖੜਿਆ ਪਾਣੀ ਚੱਲਦਾ ਰਹੇ ਤਾਂ ਵਧੀਆ ਰਹਿੰਦਾ ਖੜਿਆ ਤਾਂ ਉਹ ਵੀ ਮੁਸ਼ਕ ਜਾਂਦਾ ਹੈ ਨਾ ਅਤੇ ਤੇਜਿੰਦਰ ਆਹ ਗਰਾਊਂਡ ਦੇ ਵਿੱਚੋਂ ਤੁਸੀਂ ਸ਼ੁਰੂ ਕੀਤਾ ਅਤੇ ਮੁੜ ਕੇ ਇੰਟਰਨੈਸ਼ਨਲ ਮੈਦਾਨਾਂ ਦੇ ਵਿੱਚ ਜਾ ਕੇ ਤੁਸੀਂ ਮੱਲਾਂ ਮਾਰੀਆਂ ਇਹ ਲੋਕਾਂ ਨੂੰ ਜਿਹੜਾ ਸੌਖਾ ਲੱਗ ਰਿਹਾ ਏਡਾ ਸੌਖਾ ਤਾਂ ਨਹੀਂ ਹੋਣਾ? ਨਹੀਂ ਦੇਖੋ ਮੈਨੂੰ 14-15 ਸਾਲ ਹੋ ਗਏ ਜੀ ਇਹ ਟਾਈਮ ਦੇ ਵਿੱਚ ਕਿੰਨੇ ਉਤਰਾਅ ਝਾੜਾ ਆਏ ਨੇ ਇਹ ਮੈਨੂੰ ਵੀ ਪਤਾ ਹੈ ਨਾ ਇਹ ਮਤਲਬ ਇੱਕ ਤਪੱਸਿਆ ਹੀ ਕਹਿ ਸਕਦੇ ਬਈ ਤਪੱਸਿਆ ਹੀ ਹੈ ਗਰਾਊਂਡ ਗਰਾਊਂਡ ਤੋਂ ਕਮਰਾ ਕਮਰੇ ਤੋਂ ਗਰਾਊਂਡ ਮਤਲਬ ਇਹ ਦੋ ਰਾਹ ਹੁੰਦੇ ਬੰਦੇ ਕੋਲ ਹੋਰ ਕੋਈ ਇੱਧਰ ਉੱਧਰ ਜਾਣ ਦਾ ਟਾਈਮ ਨਹੀਂ ਹੁੰਦਾ ਜੀ ਮੈਂ ਨਾ ਬਹੁਤਾ ਰਿਸ਼ਤੇਦਾਰੀਆਂ 'ਚ ਜਾਂਦਾ ਮਤਲਬ ਸਾਰੇ ਤੋਂ ਇੱਕ ਹਿਸਾਬ ਦਾ ਕੱਟ ਆਫ ਆ ਮੈਂ ਬੜਾ ਹੀ ਪਲੇਅਰ ਨੂੰ ਤਾਂ ਬੜਾ ਸੈਕਰੀਫਾਈਸ ਕੁਰਬਾਨੀਆਂ ਦੇਣੀਆਂ ਪੈਂਦੀਆਂ ਤੇਜਿੰਦਰ ਨੇ ਵੀ ਕੁਛ ਕੀਤਾ ਇਹਦਾ ਮੈਂ ਸਭ ਤੋਂ ਵੱਡੀ ਕੁਰਬਾਨੀ ਤਾਂ ਮੈਂ ਪਿਓ ਦੀ ਹੋ ਦਿੱਤੀ ਸੀ ਜਿਨ੍ਹਾਂ ਨੂੰ ਮੈਂ ਕਦੇ ਸੰਭਾਲ ਨਹੀਂ ਸਕਿਆ ਜਿਹੜੇ ਟਾਈਮ 'ਤੇ ਮੇਰੀ ਲੋੜ ਸੀਗੀ ਮੈਂ ਉਹਨਾਂ ਨਾਲ ਖੜ੍ਹ ਨਹੀਂ ਸਕਿਆ ਹੋਸਪਿਟਲ ਦੇ ਵਿੱਚ ਦੇਖੋ ਐਂਡ ਵਾਲੇ ਮਤਲਬ ਜਿਹੜੇ 3-4 ਦਿਨ ਸੀਗੇ ਇਹ ਮੇਰੇ ਫਰੈਂਡ ਦੱਸਦੇ ਆ ਕਹਿੰਦੇ ਮੈਨੂੰ ਸੱਦਦੇ ਰਹੇ ਵੀ ਉਹ ਕਦੋਂ ਆਊਗਾ ਅਤੇ ਮੈਨੂੰ ਉੱਥੋਂ ਟਿਕਟ ਨਾ ਮਿਲਣ ਕਰਕੇ ਮੈਂ ਆਇਆ ਨਹੀਂ ਇਹਦੇ ਮਤਲਬ ਇਹ ਜ਼ਿੰਦਗੀ 'ਚ ਕਦੇ ਘਾਟਾ ਪੂਰਾ ਵੀ ਨਹੀਂ ਹੋਣਾ ਅਤੇ ਨਾ ਹੀ ਮੈਂ ਕਦੇ ਗੱਲ ਭੁੱਲ ਸਕਦਾ ਹੈ ਨਾ ਉਹ ਪਤਾ ਨਹੀਂ ਕੀ ਸੋਚਦੇ ਹੋਣਗੇ ਪਏ ਬੈੱਡ 'ਤੇ ਬਈ ਮੇਰੇ ਦੋਵੇਂ ਬੱਚੇ ਨਹੀਂ ਮੇਰੇ ਕੋਲ ਹੈਗੇ ਇਹ ਚੀਜ਼ਾਂ ਦਾ ਫਿਰ ਜ਼ਿੰਦਗੀ ਦਾ ਅੱਗੇ ਆਉਣੀਆਂ ਹੀ ਆਉਣੀਆਂ ਆਪਣੇ ਯਾਰ ਤੇਜਿੰਦਰ ਕੋਈ ਵੀ ਬੰਦਾ ਜਦੋਂ ਮੁਸ਼ਕਲ 'ਚ ਹੁੰਦਾ ਉਹਦੇ ਯਾਰ ਦੋਸਤ ਜਾਂ ਆਂਢੀ ਆਂਢੀ ਨਾਲ ਖੜ੍ਹਦੇ ਆ ਹਾਂਜੀ ਤੇਜਿੰਦਰ ਦੀ ਲਾਈਫ 'ਚ ਕਿਹੜੇ ਲੋਕਾਂ ਦਾ ਰੋਲ ਹੈ ਵੀ ਤੇਜਿੰਦਰ ਅੱਜ ਤਗੜਾ ਹੋ ਕੇ ਪੂਰੇ ਹਿੰਦੁਸਤਾਨ ਦੇ ਸਾਹਮਣੇ ਖੜ੍ਹਾ ਹੈ? ਮੈਂ ਦੇਖੋ ਬਹੁਤ ਬੰਦੇ ਮੇਰੇ ਨਾਲ ਖੜ੍ਹੇ ਮੈਂ ਸਾਰਿਆਂ ਦਾ ਨਾਂ ਨਹੀਂ ਲੈ ਸਕਦਾ ਮੇਰੇ ਪਟਿਆਲੇ ਦੇ ਫਰੈਂਡ ਨੇ ਅੱਧੇ ਮੇਰੇ ਜਲੰਧਰ ਦੇ ਵੇਟ ਟ੍ਰੇਨਿੰਗ ਵਾਲੇ ਜਸ ਭਾਜੀ ਹੋਣੀ ਹੋ ਗਏ ਢਿੱਲੋਂ ਕੋਚ ਹੋ ਗਏ ਸਾਡੇ ਇੱਥੋਂ ਘੱਲ ਪਿੰਡ ਮੇਰੇ ਨਾਲ ਸਾਰਾ ਖੜ੍ਹਾ ਹੈ ਅਤੇ ਸਾਡੇ ਨਗਰ ਦੇ ਜਿਹੜੇ ਬਾਬਾ ਗੁਰਮੀਤ ਸਿੰਘ ਜੀ ਹੋ ਗਏ ਮਤਲਬ ਉਹਨਾਂ ਦਾ ਬੜਾ ਯੋਗਦਾਨ ਆ ਮੈਨੂੰ ਮੇਰੇ ਕੋਚ ਸਾਹਿਬ ਦਾ ਆ ਮੇਰੇ ਫਰੈਂਡ ਖੜ੍ਹੇ ਨੇ ਇਹਨਾਂ ਨੇ ਮੇਰੇ ਮਾਂ ਪਿਓ ਨੂੰ ਮੇਰੀ ਕਦੇ ਕਮੀ ਆਉਣ ਨਹੀਂ ਦਿੱਤੀ ਇਹਨਾਂ ਨੇ ਮਤਲਬ ਜਦੋਂ ਵੀ 12-1 ਵਜੇ ਫੋਨ ਕਰਨਾ ਇਹਨਾਂ ਨੇ ਖੜ੍ਹ ਜਾਣਾ ਗੇ ਉਸੇ ਟਾਈਮ ਇਹ ਮੇਰੇ ਤਾਇਆ ਜੀ ਨੇ ਇਹ ਸੁਪਨਾ ਵੇਖ ਲਿਆ ਸੀ ਤੁਸੀਂ ਪਹਿਲਾਂ ਹੀ ਕਿ ਮੈਂ ਚਾਹੇ ਜਿੰਨਾ ਮਰਜ਼ੀ ਮੁਸ਼ਕਲਾਂ ਆਉਣ ਔਕੜਾਂ ਆਉਣ ਇਹ ਸੁਪਨਾ ਮੈਂ ਪੂਰਾ ਕਰਨਾ ਇੰਡੀਆ ਵਾਸਤੇ ਮੈਡਲ ਦਾ? ਹਾਂਜੀ ਇਹ ਦੇਖੋ ਮੇਰੇ ਕਦੇ ਮਾਂ ਪਿਓ ਨੇ ਮੈਨੂੰ ਫੀਲ ਨਹੀਂ ਹੋਣ ਦਿੱਤਾ ਵੀ ਡੈਡੀ ਮੇਰਾ ਇੰਨਾ ਜ਼ਿਆਦਾ ਢਿੱਲਾ ਹੈ ਨਾ ਅਤੇ ਮੇਰਾ ਵੀ ਫਿਰ ਫਰਜ਼ ਬਣਦਾ ਨਾ ਵੀ ਕੁਛ ਵਧੀਆ ਕਰਕੇ ਦਿਖਾਵਾਂ ਮੈਂ ਸ਼ੁਕਰ ਗੁਜ਼ਾਰ ਕਰਦਾ ਪਰਮਾਤਮਾ ਦਾ ਵੀ ਉਹਨਾਂ ਨੇ ਚਲੋ ਐਂਡ ਵਾਲੇ 3-4 ਦਿਨ ਹੀ ਮੇਰੇ ਪਿਓ ਨੂੰ ਉਧਾਰੇ ਦਿੱਤੇ ਜੋ ਉਹਨਾਂ ਦਾ ਸੁਪਨਾ ਸੀ ਉਹ ਦੇਖ ਕੇ ਪੂਰਾ ਕਰਕੇ ਆਪਣਾ
ਐਂ ਪੂਰਾ ਖੁਸ਼ ਹੋ ਕੇ ਗਏ ਹੈ ਨਾ ਜਿੱਦਾਂ ਟੀ ਵੀ 'ਚ ਮੇਰਾ ਚੱਲ ਰਿਹਾ ਸੀਗਾ ਪੂਰੇ ਖੁਸ਼ ਸੀਗੇ ਲੋਕ ਵਧਾਈਆਂ ਦੇਣ ਆ ਰਹੇ ਸੀ ਉਹਨਾਂ ਨੂੰ ਅਤੇ ਤੇਜਿੰਦਰ ਕਦੀ ਘਬਰਾਇਆ ਤਾਂ ਨਹੀਂ ਹੁੰਦਾ ਜੀ ਦੇਖੋ ਜਦੋਂ ਮਾਂ ਘਰੇ ਇਕੱਲੀ ਹੋਵੇ ਵੀ ਕਿਵੇਂ ਕਿੱਦਾਂ ਸਾਂਭਦੀ ਹੋਊਗੀ ਘਬਰਾ ਤਾਂ ਆਉਂਦਾ ਹੀ ਹੈ ਦੇਖ ਕੇ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਹਾਂਜੀ ਕਿੰਨੀ ਕੁ ਸਟਰਗਲ ਹੈ ਉੱਪਰ ਜਾ ਕੇ ਜਿੱਦਾਂ ਜਿੱਦਾਂ ਕੰਪਟੀਸ਼ਨ ਵੱਡੇ ਹੁੰਦੇ ਜਾਂਦੇ ਆ ਜੀ ਤੁਹਾਨੂੰ ਮਿਹਨਤ ਹੋਰ ਵਧਾਉਣੀ ਪੈਂਦੀ ਹੈ ਜੇ 21 ਮੀਟਰ ਵਾਲੀ ਹੋਰ ਮਿਹਨਤ ਆ 22 ਮੀਟਰ ਕਰਨੀ ਤੁਹਾਨੂੰ ਹੋਰ ਜ਼ਿਆਦਾ ਡਾਈਟ ਮਤਲਬ ਬਹੁਤ ਅੱਗੇ ਮਿਹਨਤ ਵਧਣੀ ਹੈ ਇਹਦਾ ਮਤਲਬ ਕਿ ਹੁਣ ਅੱਗੇ ਜਿਹੜਾ ਰਸਤਾ ਹੈ ਟੋਕੀਓ ਵਾਸਤੇ ਹਾਂਜੀ ਉਹ ਬਹੁਤ ਸੌਖਾ ਨਹੀਂ ਹੈ ਸੌਖਾ ਨਹੀਂ ਹੈਗਾ ਜੀ ਉਹ ਹਾਂਜੀ ਇਹ ਰਸਤਾ ਇਹ ਵੀ ਨਹੀਂ ਸੌਖਾ ਜੀ ਇਹ ਆਪਾਂ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਇੱਥੇ ਪਹੁੰਚ ਗਏ ਹਾਂ ਅਤੇ ਹੁਣ ਤਾਂ ਦਾਤਾ ਮਿਹਰ ਕਰੂਗਾ ਵਧੀਆ ਕਰਾਂਗੇ ਕਹਿੰਦੇ ਜ਼ਮੀਨ ਵੀ ਵੇਚਣੀ ਪੈ ਗਈ ਸੀ ਹਾਂਜੀ ਉਦੋਂ ਮੇਰਾ ਆਪਦਾ ਖਰਚਾ ਬੜਾ ਸੀਗਾ ਕੀ ਹੋਇਆ ਕੀ ਸੀ ਉਦੋਂ ਜਿੱਦਾਂ ਮੇਰਾ ਹੁਣ ਆਪਦਾ ਖਰਚਾ ਬੜਾ ਸੀ ਫਿਰ ਵਿੱਚੇ ਡੈਡੀ ਨੂੰ ਕੈਂਸਰ ਹੋ ਗਿਆ ਕੈਂਸਰ 'ਤੇ ਬੜਾ ਉਦੋਂ ਖਰਚਾ ਆ ਗਿਆ ਅਤੇ ਫਿਰ ਉਦੋਂ 2 ਕਿੱਲੇ ਡੈਡੀ ਨੇ ਸੇਲ ਕੀਤੀ ਅਤੇ ਇਹ ਸਾਰਾ ਕੁਛ ਤੁਸੀਂ ਯਾਦ ਕੀਤਾ ਔਰ ਇਸ ਇੰਨਾ ਕੁਛ ਹੋਇਆ ਸਟਰਗਲ ਵੀ ਹੋਈ ਤੁਹਾਡੇ ਫਾਦਰ ਵੀ ਬਿਮਾਰ ਹੋਏ ਜ਼ਮੀਨ ਵੀ ਵੇਚਣੀ ਪਈ ਪਰ ਇਹਨਾਂ ਸਾਰੀਆਂ ਹਾਲਾਤਾਂ ਦੇ ਵਿੱਚ ਤੇਜਿੰਦਰ ਨੇ ਆਪਣੇ ਆਪ ਨੂੰ ਕਿੱਦਾਂ ਤਕੜਾ ਰੱਖਿਆ ਵੀ ਮੈਂ ਆਪਣੀ ਮੈਂਟਲ ਮਾਈਂਡਸੈਟ ਨੂੰ ਹਿੱਟ ਨਹੀਂ ਹੋਣ ਦੇਣਾ ਔਰ ਮੈਡਲ ਜਿੱਤਣਾ ਇਹਦੇ ਵਿੱਚ ਕੀ ਕਾਰਨ ਇਹਦੇ ਵਿੱਚ ਇਹ ਦੇਖੋ ਹੁਣ ਨਾ ਤਾਂ ਮੈਂ ਆਪਦੇ ਪਰਿਵਾਰ ਦੇ ਨਾਲ ਇਸ ਟਾਈਮ 'ਤੇ ਖੜ੍ਹ ਸਕਦਾ ਸੀਗਾ ਆਪਦੇ ਜਿੱਥੇ ਮੇਰੇ ਪਿਓ ਨੂੰ ਲੋੜ ਸੀਗੀ ਉੱਥੇ ਨਹੀਂ ਖੜ੍ਹਿਆ ਨਾ ਹੀ ਮੈਂ ਕੋਈ ਫਾਈਨੈਂਸ਼ਲੀ ਮਤਲਬ ਮਦਦ ਕਰ ਸਕਦਾ ਜੀ ਅਤੇ ਮੇਰੇ ਦਿਮਾਗ 'ਚ ਇਹੀ ਚੱਲ ਰਿਹਾ ਸੀ ਵੀ ਇਹ ਮੈਡਲ ਲੈਣਾ ਹੀ ਲੈਣਾ ਇਹ ਮੈਡਲ ਲਾਈਫ ਦਾ ਟਰਨਿੰਗ ਪੁਆਇੰਟ ਹੈ ਏਸ਼ੀਅਨ ਗੇਮਸ ਦਾ ਮਤਲਬ ਪਹਿਲੀ ਥਰੋ ਤੋਂ ਮੇਰੇ ਮਾਇੰਡ ਵਿੱਚ ਇਹ ਸੀ ਵੀ ਅੱਜ ਇੱਦਾਂ ਨਹੀਂ ਜਾਣਾ ਅੱਜ ਕੋਈ ਮਤਲਬ ਸਿਲਵਰ ਬਰਾਉਂਜ ਆਉਣ 'ਤੇ ਮੈਂ ਇਹ ਬਹਾਨਾ ਨਹੀਂ ਮਾਰਨਾ ਵੀ ਅੱਜ ਮੇਰਾ ਆਏ ਹੋ ਗਿਆ ਆਏ ਹੋ ਗਿਆ ਜੋ ਮਰਜ਼ੀ ਹੋ ਜੇ ਕੱਟਿਆ ਜਾਵਾਂ ਵੱਢਿਆ ਜਾਵਾਂ ਮੈਡਲ ਇਹ ਲੈ ਕੇ ਹੀ ਜਾਣਾ ਮਤਲਬ ਮਿੱਥਿਆ ਸੀ ਕਿ ਲੈਣਾ ਗੋਲਡ ਮੈਡਲ ਲੈਣਾ ਗੋਲਡ ਇਹ ਕਿਉਂ ਮਤਲਬ ਇੰਨਾ ਕਿੱਦਾਂ ਕਮਿਟਮੈਂਟ ਕਿੱਦਾਂ ਆਈ ਹੈ ਕਿ ਮੈਂ ਗੋਲਡ ਹੀ ਲਿਆ ਆਪਣੇ ਆਪ ਨੂੰ ਇੱਕ ਚੈਲੰਜ ਲਿਆ ਸੀਗਾ ਵੀ ਮੈਂ ਦੇਖਦਾ ਸੀ ਵੀ ਮੈਂ ਇਹ ਚੈਲੰਜ ਪੂਰਾ ਕਰ ਸਕਦਾ ਕਿ ਨਹੀਂ ਕਰ ਸਕਦਾ ਮੇਰੇ ਕੋਚ ਦੀ ਵੀ ਇਹੀ ਸੋਚ ਸੀ ਕਹਿੰਦੇ ਗੋਲ ਮੈਡਲ ਗੋਲਡ ਹੀ ਹੁੰਦਾ ਚੈਂਪੀਅਨ ਚੈਂਪੀਅਨ ਹੀ ਹੁੰਦਾ ਸਿਲਵਰ ਬਰੌਂਜ ਕਹਿੰਦੇ ਛੇਤੀ ਬੰਦੇ ਭੁੱਲ ਜਾਂਦੇ ਨੇ ਕਹਿੰਦੇ ਗੋਲਡ ਵਾਲਾ ਬੰਦਾ ਇਤਿਹਾਸ 'ਚ ਲਿਖਿਆ ਜਾਂਦਾ ਜੀ ਉਹ ਵਾਕਈ ਇਤਿਹਾਸ 'ਚ ਲਿਖਿਆ ਜਾਂਦਾ ਆਪਣੇ ਜਿੱਦਾਂ ਗੇਮਸ ਰਿਕਾਰਡ ਹੋਇਆ ਇੰਡੀਆ ਰਿਕਾਰਡ ਹੋਇਆ ਅਤੇ ਉਹ ਫਿਰ ਇੱਕ ਜ਼ਿੱਦ ਸੀਗੀ ਵੀ ਜਿਹੜੀ ਗੋਲਡ ਮੈਡਲ ਆ ਗਈ ਇੱਕ ਆਪਦਾ ਪਾਗਲਪਣ ਸੀਗਾ ਵੀ ਇੱਦਾਂ ਕਰਨਾ ਹੀ ਕਰਨਾ This is a much better performance than we saw from him in the Commonwealth 26 at the beginning. What's he got here? 20.75. That's a games record for the big man. No wonder the coaches are smiling. You cannot see that being challenged. Cometh the hour, cometh the giant. ਫਿਰ ਕੀਤਾ ਡਾਈਟ ਦਾ ਧਿਆਨ ਫਿਟਨੈਸ ਜਿਮ ਉਹ ਵੀ ਕੁਰਬਾਨੀ ਹੈ ਬਿਲਕੁਲ ਹੀ ਮੈਂ ਪਿਛਲੇ 5 ਮਹੀਨੇ ਤੋਂ ਘਰੇ ਨਹੀਂ ਆਇਆ ਜੀ ਉੱਥੇ ਧਰਮਸ਼ਾਲਾ ਕੈਂਪ ਸੀਗਾ ਮੇਰਾ ਪਿਛਲੇ 5 ਮਹੀਨੇ ਤੋਂ ਨਾ ਮੇਰੇ ਪਿਓ ਦੇ ਨਾਲ ਗੱਲ ਹੋਈ ਹੈ ਕਿਉਂਕਿ ਮੇਰੇ ਡੈਡੀ ਦੀ ਆਵਾਜ਼ ਕੀਮੋ ਕਰਕੇ ਚਲੀ ਗਈ ਸੀਗੀ ਉਹਨਾਂ ਨਾਲ ਹੋ ਨਹੀਂ ਪਾ ਰਹੀ ਸੀਗੀ ਅਤੇ ਤੇਜਿੰਦਰ ਫਿਰ ਕਿੱਦਾਂ ਡੇ ਕਿੱਦਾਂ ਸ਼ੁਰੂ ਹੁੰਦਾ ਸੀ ਕਿੰਨਾ ਟ੍ਰੇਨਿੰਗ ਕਿੰਨਾ ਚੱਲਦਾ ਸੀ ਸਾਰਾ ਸਵੇਰੇ 6 ਵਜੇ ਤੋਂ ਜਿਮ ਸਟਾਰਟ ਹੋ ਜਾਂਦਾ ਸੀ 9 8 9 ਵਜੇ ਤਾਈਂ 2-3 ਘੰਟੇ ਸਵੇਰੇ 2-3 ਘੰਟੇ ਈਵਨਿੰਗ ਉੱਥੇ ਧਰਮਸ਼ਾਲਾ ਬਰਸਾਤਾਂ ਆਉਣ ਲੱਗ ਗਈਆਂ ਸੀ ਹੁਣ ਲਾਸਟ 'ਤੇ ਬਰਸਾਤਾਂ ਦੇ ਵਿੱਚ ਵੀ ਅਸੀਂ ਟ੍ਰੇਨਿੰਗ ਬੰਦ ਨਹੀਂ ਕੀਤੀ ਹੈਗੀ ਮਤਲਬ ਟ੍ਰੇਨਿੰਗ ਕੰਟੀਨਿਊ ਚੱਲਦੀ ਰਹੀ ਫਿਰ ਏਸ਼ੀਅਨ ਗੇਮਾਂ ਤੋਂ 10-15 ਦਿਨ ਪਹਿਲਾਂ ਮੈਂ ਇੱਥੇ ਆ ਗਿਆ ਸੀਗਾ ਪਟਿਆਲੇ NIS ਜਦੋਂ ਇੰਡੀਅਨ ਐਥਲੈਟਿਕਸ ਦਾ ਕੈਂਪ ਐਤ ਕੀ ਉੱਥੇ ਗਿਆ ਸਾਡੀ ਸਾਰਾ ਕੰਟਿੰਜੈਂਟ ਜਿਹੜਾ ਗਿਆ ਜਕਾਰਤਾ ਦੇ ਵਿੱਚ ਅਤੇ ਬਹੁਤ ਵਧੀਆ ਕੀਤਾ ਐਥਲੈਟਿਕਸ ਨੇ ਅਤੇ ਹਰ ਬੰਦੇ ਦੀ ਇੱਕ ਸਟਰਗਲ ਹੈ ਇੱਕ ਜਰਨੀ ਹੈ ਅਤੇ ਇੱਕ ਦੂਜੇ ਨੂੰ ਕਰਦੇ ਸੀ ਕੰਪਲੀਮੈਂਟ ਇੱਕ ਦੂਜੇ ਨੂੰ ਬੂਸਟ ਵੀ ਕਰਦੇ ਹੋ ਹਾਂ ਬਿਲਕੁਲ ਹੀ ਹੁਣ ਉੱਥੇ ਆਪਣੇ ਦੋਵੇਂ ਜਿਹੜੇ ਏਸ਼ੀਅਨ ਚੈਂਪੀਅਨਸ਼ਿਪ ਸ਼ਾਟਪੁੱਟ ਦੇ ਪੁਰਾਣੇ ਬਹਾਦਰ ਸਿੰਘ ਜੀ ਅਤੇ ਆਪਣੇ ਪੰਜਾਬ ਪੁਲਿਸ ਦੇ SV ਬਹਾਦਰ ਸਿੰਘ ਸਾਰੇ ਆਏ ਸੀ ਦੇਖਣ ਆਏ ਸੀਗੇ ਪੂਰਾ ਬੂਸਟ ਕਰ ਰਹੇ ਸੀ ਚੱਲ ਪੁੱਤਰਾ ਚੱਲ ਵਧੀਆ ਕਰ ਅਤੇ ਜਦੋਂ ਇੱਦਾਂ ਬੰਦਾ ਰੌਲਾ ਪੈ ਰਿਹਾ ਹੁੰਦਾ ਹੋਰ ਬੰਦਾ ਬੂਸਟ ਹੁੰਦਾ ਹਾਂ ਵੀ ਮੇਰੇ ਨਾਲ ਬੰਦੇ ਖੜ੍ਹੇ ਨੇ ਹੈ ਨਾ
ਤੇ ਉਹ ਪਤਾ ਲੱਗਾ ਸੀ ਜਿਹੜੇ ਟ੍ਰਿਪਲ ਜੰਪ ਵਾਲੇ ਹਰਪਿੰਦਰ ਹੈ ਉਹ ਵੀ ਤੁਹਾਡੇ ਨਾਲ ਰਹਿੰਦੇ ਆ। ਹਾਂਜੀ ਅਸੀਂ ਜਦੋਂ ਵੀ ਬਾਹਰ ਜਾਂਦੇ ਖੇਡਣ ਸਾਡਾ ਰੂਮ ਇਕੱਠਾ ਹੁੰਦਾ ਜੀ। ਹਾਂ ਇੱਥੇ ਅਸੀਂ ਮਿਲਦੇ ਘੱਟ ਹਾਂ ਕਿਉਂਕਿ ਉਹਦਾ ਕੈਂਪ ਹੁੰਦਾ ਤਰਮਿੰਦਰਮ ਕੇਰਲਾ 'ਚ ਅਤੇ ਉੱਥੇ ਅਸੀਂ ਇਕੱਠੇ ਹੁੰਦੇ ਪੂਰਾ ਫਨ ਕਰਦੇ ਅਸੀਂ ਅਤੇ ਇਸ ਵਾਰ ਮੈਨੂੰ ਲੱਗਦਾ ਅਸੀਂ ਰੂਮ ਪਾਰਟਨਰ ਤਾਂ ਸੀਗੇ ਸੀਗੇ ਅਤੇ ਦੋਵਾਂ ਦੇ ਗੋਲਡ ਵੀ ਆਏ ਪੂਰਾ ਇੰਜੋਏ ਵੀ ਕੀਤਾ। ਨਹੀਂ ਫਿਰ ਉਹ ਤੁਸੀਂ ਰੂਮ ਪਾਰਟਨਰ ਸੀ ਅਤੇ ਪਹਿਲੇ ਗੋਲਡ ਤੁਹਾਡਾ ਆ ਗਿਆ। ਹਾਂਜੀ ਅਤੇ ਉਸ ਤੋਂ ਬਾਅਦ ਉੱਥੇ ਮੈਂ ਟੰਗਤਾ ਸੀ ਕਮਰੇ ਦੇ ਅੱਗੇ, ਮੈਂ ਕਿਹਾ ਲੈ ਵੀ ਮਿੱਤਰਾ ਮੇਰਾ ਆ ਗਿਆ ਗੋਲਡ, ਹੁਣ ਵਾਰੀ ਆ ਗਈ ਤੇਰੀ। ਅਤੇ ਫਿਰ ਜਿੱਦਣ ਉਹਦਾ ਈਵੈਂਟ ਸੀਗਾ ਫਿਰ ਉਹ ਗੋਲਡ ਮੱਥੇ ਨਾਲ ਲਾ ਕੇ ਗਿਆ ਗਰਾਊਂਡ ਅਤੇ ਵਧੀਆ ਫਿਰ ਦਾਤੇ ਨੇ ਕੀਤੀ ਕਿਰਪਾ। ਨਹੀਂ ਜਦੋਂ ਤੁਸੀਂ ਉਹਨੂੰ ਕਿਹਾ ਵੀ ਮਿੱਤਰਾ ਮੇਰਾ ਆ ਗਿਆ ਗੋਲਡ, ਹਰਪਿੰਦਰ ਦਾ ਜਵਾਬ ਕੀ ਸੀ? ਉਹ ਕਹਿੰਦਾ ਗੋਲਡ ਇੱਧਰ ਵੀ ਆਊਗਾ। ਸੈਲੀਬ੍ਰੇਟ ਕੀਤਾ ਹੁਣ? ਹਾਂਜੀ ਪੂਰਾ ਹੀ, ਇੱਕ ਸਾਡੀ ਵੀਡੀਓ ਬੜੀ ਚੱਲੀ ਉਹ ਦੋਵਾਂ ਜਣਿਆਂ ਦੀ, ਮੈਡਲਾਂ ਵਾਲੀ ਕੋਈ ਦੇਖੀ ਹੁੰਦੀ। ਕਿਵੇਂ ਦੰਦ ਕੱਢਦੇ ਨੇ ਖੱਡੇ ਕੱਟੇ ਜੱਟਾ। ਅਤੇ ਚਲੋ ਇਹ ਸਟਰਗਲ ਹੁਣ ਸਾਰੀ ਤੁਹਾਡੀ ਰਹੀ ਹੈ ਔਰ ਤੁਸੀਂ ਏਸ਼ੀਅਨ ਦੇ ਵਿੱਚ ਆਏ ਹੋ, ਹਾਂਜੀ, ਅਤੇ ਓਲੰਪਿਕ ਤੱਕ ਦਾ ਸਫ਼ਰ ਲੱਗਦਾ ਵੀ ਮੈਡਲ ਲੈ ਕੇ ਆਓਗੇ ਇੰਡੀਆ ਵਾਸਤੇ, ਯਾਦ ਰੱਖਿਆ ਜਾਂਦਾ ਓਲੰਪਿਕ ਨੂੰ? ਇਹ ਜਿਹੜੀ ਹੁਣ ਮਿਹਨਤ ਕਰੂੰਗਾ ਜੀ ਮੈਂ ਆਪਣੇ ਵਾਸਤੇ ਨਹੀਂ ਕਰੂੰਗਾ, ਇਹ ਮੈਂ ਆਪਣੇ ਪਿਓ ਵਾਸਤੇ ਕਰੂੰਗਾ, ਆਪਣੇ ਜਿਹੜਾ ਮੈਨੂੰ ਇਹ ਖੇਡ ਜਗਤ ਵਿੱਚ ਲੈ ਕੇ ਆਇਆ ਉਹਦੇ ਨਾਂ 'ਤੇ ਮਿਹਨਤ ਕਰੂੰਗਾ, ਇੱਕ ਨਵਾਂ ਚੈਲੇਂਜ ਲਊਂਗਾ, ਇੱਕ ਨਵੀਂ ਥਰੋ ਲਾਊਂਗਾ, ਰਿਲੈਕਸ ਨਹੀਂ ਕਰਨਾ। ਹਾਂਜੀ ਗੁੱਡ ਲੱਕ। ਹਰ ਇੱਕ ਕਾਮਯਾਬ ਇਨਸਾਨ ਦੀ ਲਾਈਫ ਦੇ ਵਿੱਚ ਇੱਕ ਹੀਰੋ ਹੁੰਦਾ ਔਰ ਜਿਹਨੂੰ ਜਿਸ ਤੋਂ ਇੰਸਪਾਇਰ ਹੁੰਦਾ, ਉਹਨੂੰ ਰੋਲ ਮਾਡਲ ਸਮਝਦਾ। ਔਰ ਤੇਜਿੰਦਰ ਪਾਲ ਜਿਨ੍ਹਾਂ ਨੇ ਸ਼ਾਰਟਪੁੱਟ 'ਤੇ ਗੋਲਡ ਲਿਆ ਏਸ਼ੀਅਨ ਗੇਮਸ ਦੇ ਵਿੱਚ, ਉਹਨਾਂ ਦੇ ਘਰ ਵਿੱਚ ਹੀ ਹੀਰੋ ਸੀ ਉਹਨਾਂ ਦੇ ਫਾਦਰ ਤੇਜਿੰਦਰ ਪਾਲ। ਅੱਜ ਜਦੋਂ ਅਸੀਂ ਸਵੇਰੇ ਤੁਹਾਡੇ ਘਰ ਆ ਰਹੇ ਸੀ, ਸਾਨੂੰ ਤੁਹਾਡਾ ਘਰ ਪਤਾ ਨਹੀਂ ਸੀ, ਅਤੇ ਪਿੰਡ 'ਚ ਐਂਟਰ ਕੀਤੇ ਅਤੇ ਅਸੀਂ ਕਿਹਾ ਵੀ ਅਸੀਂ ਤੇਜਿੰਦਰ ਪਾਲ ਦੇ ਘਰ ਜਾਣਾ ਜਿਹਨੇ ਏਸ਼ੀਅਨ ਗੇਮਸ 'ਚ ਗੋਲਡ ਮੈਡਲ ਲਿਆ। ਹਾਂਜੀ ਉਹਨਾਂ ਨੂੰ ਤੁਹਾਡੇ ਘਰ ਦਾ ਪਤਾ ਸੀ? ਹਾਂਜੀ। ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਅੱਗੇ ਜਾ ਕੇ ਇਹ ਪੁੱਛ ਲਿਓ ਵੀ ਹੀਰੋ ਦੇ ਘਰ ਜਾਣਾ। ਹਾਂਜੀ। ਕਹਿੰਦੇ ਉਹਨਾਂ ਦੇ ਫਾਦਰ ਦਾ ਨਾਮ ਹੀਰੋ ਹੈ, ਹੀਰੋ ਕਿਉਂ ਕਿਹਾ ਜਾਂਦਾ ਸੀ ਉਹਨਾਂ ਨੂੰ? ਉਹ ਨਾ ਜਿੱਦਾਂ ਪਹਿਲਾਂ ਫਿਲਮਾਂ ਦੇ ਵਿੱਚ ਜ਼ਿਆਦਾ ਰੁਚੀ ਸੀਗੀ, ਬੜਾ ਜ਼ਿਆਦਾ ਦੇਖਦੇ ਸੀਗੇ, ਇੱਕ ਆਪਣੀ ਟੌਰ ਜ਼ਿਆਦਾ ਕੱਢ ਕੇ ਰੱਖਦੇ ਸੀਗੇ, ਅਤੇ ਉਹਦੇ ਕਰਕੇ ਹੀ ਹੁਣ ਪਿੰਡ ਦੇ ਵਿੱਚ ਉਹਨਾਂ ਨੂੰ ਕਰਮ ਦੇ ਨਾਂ ਨਾਲ ਘੱਟ ਜਾਣਦੇ, ਹੀਰੋ ਦੇ ਨਾਂ ਨਾਲ ਸਾਰੇ ਹੀ ਜਾਣਦੇ, ਮੈਨੂੰ ਛੋਟਾ ਹੀਰੋ ਕਹਿੰਦੇ ਸੀ। ਤੁਹਾਡੀ ਜ਼ਿੰਦਗੀ ਵਿੱਚ ਵੀ ਹੀਰੋ ਤੁਹਾਡੇ ਫਾਦਰ ਰਹੇ? ਹਾਂਜੀ ਬਿਲਕੁਲ ਜੀ, ਉਹ ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਰਹੇ। ਜਿੱਦਾਂ ਇੰਨੀ ਵੱਡੀ ਬਿਮਾਰੀ ਉਹਨਾਂ ਨੂੰ ਲੱਗੀ ਹੋਈ ਸੀ, ਉਹਨਾਂ ਨੇ ਕਦੇ ਮੈਨੂੰ ਸ਼ੋ ਨਹੀਂ ਹੋਣ ਦਿੱਤਾ ਵੀ ਉਹ ਕਿੰਨੇ ਔਖੇ ਨੇ, ਉਹ ਹਮੇਸ਼ਾ ਹੀ ਮੈਨੂੰ ਕਹਿੰਦੇ ਰਹੇ ਵੀ ਆਪਾਂ ਮੈਡਲ ਜਿੱਤਣਾ, ਰਿਕਾਰਡ ਕਰਨੇ ਨੇ, ਅਵਾਰਡ ਲੈਣੇ ਨੇ ਆਪਾਂ, ਅਤੇ ਇਹੀ ਗੱਲਾਂ ਫਿਰ ਦਿਮਾਗ ਦੇ ਵਿੱਚ ਚੱਲਦੀਆਂ ਰਹੀਆਂ ਅਤੇ ਵਧੀਆ ਹੋਇਆ ਤਾਂ। ਏਸ਼ੀਅਨ ਗੇਮਸ ਜਦੋਂ ਤੁਸੀਂ ਗਏ ਬਿਮਾਰ ਸੀ ਸ਼ਾਇਦ, ਕੀ ਗੱਲ ਹੋਈ ਸੀ ਤੁਹਾਡੀ ਜਾਣ ਤੋਂ ਪਹਿਲਾਂ, ਕੋਈ ਗੱਲ ਹੋਈ? ਮੈਂ 5 ਮਹੀਨੇ ਪਹਿਲਾਂ ਮਿਲਿਆ ਸੀ ਏਸ਼ੀਅਨ ਗੇਮ ਤੋਂ ਡੈਡੀ ਨੂੰ, ਅਤੇ ਉਦੋਂ ਮੈਨੂੰ ਇਹੀ ਗੱਲ ਕਹਿੰਦੀ ਵੀ ਤਕੜਾ ਹੋ ਕੇ ਮਿਹਨਤ ਕਰ ਅਤੇ ਵਧੀਆ ਆਪਾਂ ਮੈਡਲ ਲੈਣਾ, ਜਿਹੜੀਆਂ ਏਸ਼ੀਅਨ ਗੇਮਸ ਆ ਰਹੀਆਂ ਆਪਣਾ ਵੀ 20-40 ਲਾਇਆ ਆਪਾਂ, ਉਦੋਂ ਬੈਸਟ ਥਰੋ ਮਾਰਨੀ ਹੈ, ਮਾਰ ਕੇ ਵੀ ਰਿਕਾਰਡ ਕਰਨਾ, ਉਹਨਾਂ ਦਾ ਸੁਪਨਾ ਸੀ ਰਿਕਾਰਡ ਦਾ। ਅਤੇ ਬਾਹਰ ਜਿੱਦਾਂ ਤੁਸੀਂ ਦੇਖਿਆ ਹੋਣਾ ਘਰ ਦੇ ਓਲੰਪਿਕ ਦੇ ਲੋਗੋ ਲੱਗੇ ਨੇ, ਉਹ ਉਹਨਾਂ ਨੇ ਆਪ ਲਵਾਏ ਨੇ ਤਾਂ ਕਿ ਵੀ ਮੈਂ ਘਰ ਆਉਂਦਾ ਜਾਂਦਾ ਮੈਨੂੰ ਆਪਣਾ ਸੁਪਨਾ ਵੀ ਯਾਦ ਰਹੇ। ਮਤਲਬ ਉਹਨਾਂ ਨੇ ਇੱਕ ਤੁਹਾਡੇ ਲਈ ਡ੍ਰੀਮ ਦੇਖਿਆ ਹੋਇਆ ਵੀ ਤੁਸੀਂ ਓਲੰਪਿਕ 'ਚ ਗੋਲਡ ਮੈਡਲ ਜਿੱਤੋ, ਔਰ ਇਹੋ ਹੀ ਕਾਰਨ ਹੈ ਘਰ ਦੇ ਬਾਹਰ ਓਲੰਪਿਕ ਦੇ ਨਿਸ਼ਾਨ ਨੇ, ਤੁਹਾਡੀ ਗੱਡੀ 'ਤੇ ਵੀ ਹੈ, ਗੱਡੀ 'ਤੇ ਵੀ। ਹਾਂਜੀ, ਸੋ ਇੱਕ ਰੀਅਲ ਹੀਰੋ ਸੀ ਤੁਹਾਡਾ। ਹਾਂਜੀ ਹਾਂਜੀ। ਜਦੋਂ ਫਿਰ ਜਕਾਰਤਾ ਤੁਸੀਂ ਆਪਣਾ ਮੈਡਲ ਜਿੱਤਿਆ, ਹਾਂਜੀ, ਫਾਦਰ ਦੀ ਗੱਲ ਯਾਦ ਆਈ? ਡੈਡੀ ਦੀ ਇਹੀ ਗੱਲ ਯਾਦ, ਵੈਸੇ ਤਾਂ ਉਦੋਂ ਬੰਦੇ ਦਾ ਸਾਰੇ ਪਾਸੋਂ ਨਾਤਾ ਮਤਲਬ ਲਿੰਕ ਟੁੱਟ ਜਾਂਦਾ, ਜਦੋਂ ਬੰਦਾ ਕੰਪਟੀਸ਼ਨ ਖੇਡਦਾ ਸਾਰਾ ਕੁਛ ਉਹਨੂੰ ਮਤਲਬ ਭੁੱਲ ਗਿਆ ਹੁੰਦਾ ਵੀ ਆਲਾ ਦੁਆਲਾ ਕੀ ਆ ਉਹਦੇ, ਬਸ ਉਦੋਂ ਉਹਨੂੰ ਉਹਦਾ ਕੋਚ ਅਤੇ ਉਹਦਾ ਇੱਕ ਜਿਹੜਾ ਦਿਮਾਗ ਦੇ ਵਿੱਚ ਮੀਟਰ ਸੈੱਟ ਕੀਤਾ ਹੁੰਦਾ ਉਹ ਦਿਖਦਾ ਹੁੰਦਾ। ਤੇਜਿੰਦਰ, ਇੱਕ ਬੜਾ ਹਾਦਸਾ ਹੋਇਆ ਤੁਹਾਡੇ ਨਾਲ, ਰੱਬ ਨੇ ਤੁਹਾਨੂੰ ਇਕਦਮ ਖੁਸ਼ੀਆਂ ਦਿੱਤੀਆਂ, ਏਸ਼ੀਅਨ ਗੇਮਸ 'ਚ ਗੋਲਡ ਮੈਡਲ ਆਇਆ, ਤੁਸੀਂ ਨੈਸ਼ਨਲ ਰਿਕਾਰਡ ਤੋੜਿਆ, ਏਸ਼ੀਅਨ ਰਿਕਾਰਡ ਸੈੱਟ ਕਰ ਲਿਆ, ਲੇਕਿਨ ਜਦੋਂ ਤੁਸੀਂ ਉਹ ਮੈਡਲ ਲੈ ਕੇ ਘਰ ਆ ਰਹੇ ਸੀ ਅਤੇ ਤੁਸੀਂ ਦੇਖਿਆ ਵੀ ਤੁਹਾਡੇ ਫਾਦਰ ਸਾਹਿਬ ਇਸ ਦੁਨੀਆਂ 'ਚ ਨਹੀਂ ਰਹੇ, ਉਹ ਮਤਲਬ ਇੱਕ ਸ਼ੌਕ ਸੀ ਬੜਾ ਵੱਡਾ ਤੁਹਾਡੀ ਜ਼ਿੰਦਗੀ ਦਾ? ਮੈਂ ਜਦੋਂ ਏਅਰਪੋਰਟ 'ਤੇ ਉਤਰਿਆ ਨਾ, ਮੈਨੂੰ ਰਿਸੀਵ ਕਰਨ ਵਾਸਤੇ ਸਾਡੀ ਫੈਡਰੇਸ਼ਨ
ਤੇ ਸਾਡੇ ਨੇਵੀ ਦੇ ਸਾਰੇ ਆਫਿਸਰ ਇੰਡੀਅਨ ਨੇਵੀ ਦੇ ਉਹ ਰਿਸੀਵ ਮਤਲਬ ਮੈਨੂੰ ਕਰਕੇ ਜਦੋਂ ਮੈਂ ਉੱਥੇ ਰਹਿਣਾ ਸੀ ਉਸ ਰਾਤ ਨੂੰ ਵੀ ਮੈਂ ਦਿੱਲੀ ਸਟੇਅ ਕਰੂੰਗਾ ਅਗਲੀ ਮੋਰਨਿੰਗ ਮੈਂ ਡੈਡੀ ਐਡਮਿਟ ਸੀ ਉੱਥੇ ਜਾਊਂਗਾ ਅਤੇ ਉਹ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਇੱਦਾਂ ਕਰਕੇ ਡੈਡੀ ਵੀ ਬੜੇ ਸੀਰੀਅਸ ਸਟੇਜ ਦੇ ਵਿੱਚ ਨੇ ਵੀ ਤੂੰ ਰਾਤ ਨੂੰ ਅਸੀਂ ਬੰਦਾ ਭੇਜ ਦੇ ਤੇਰੇ ਨਾਲ ਅਤੇ ਤੂੰ ਵੀ ਹੁਣੇ ਉੱਥੇ ਨਿਕਲ ਅਤੇ ਮੈਂ ਨਿਕਲ ਰਿਹਾ ਸੀ ਅਤੇ ਮੇਰੇ ਦਿਮਾਗ ਦੇ ਵਿੱਚ ਸੀ ਵੀ ਇਹ ਮੈਡਲ ਮੈਂ ਆਪਣੇ ਡੈਡੀ ਦੇ ਗਲੇ ਵਿੱਚ ਪਾਊਂਗਾ ਹੋਸਪਿਟਲ ਜਾ ਕੇ ਅਤੇ ਉਹ ਮੈਂ ਹਾਲੇ ਦਿੱਲੀਓਂ ਨਿਕਲੇ ਹੀ ਹਾਂ ਬਾਹਰ ਅਤੇ ਉਦੋਂ ਹੀ ਫੋਨ ਆ ਗਿਆ ਮੈਨੂੰ ਫੋਨ ਮੇਰੇ ਕੋਚ ਨੂੰ ਫੋਨ ਆਇਆ ਕਹਿੰਦੇ ਵੀ ਇੱਦਾਂ ਕਰਕੇ ਵੀ ਡੈਡੀ ਦੀ ਡੈਥ ਹੋ ਗਈ ਮਤਲਬ ਇਹ ਸੁਪਨਾ ਤੁਹਾਡਾ ਸੀ ਵੀ ਏਸ਼ੀਅਨ ਗੇਮਸ ਦਾ ਇਹ ਜਿਹੜਾ ਮੈਡਲ ਜਿੱਤ ਸਕਿਆ ਨਾ ਮੇਨ ਮੇਰਾ ਜਿਹੜਾ ਬੇਸ ਸੀਗਾ ਇਹ ਉਹਨਾਂ ਨੇ ਸੈੱਟ ਕੀਤਾ ਸੀਗਾ ਮਤਲਬ ਜਿੱਦਾਂ ਉਹ ਬਿਮਾਰੀ ਤੁਹਾਨੂੰ ਦੱਸਿਆ ਪਹਿਲਾਂ ਇੰਨੀ ਵੱਡੀ ਬਿਮਾਰੀ ਤੋਂ ਨਿਕਲ ਰਹੇ ਸੀ ਅਤੇ ਬਿਲਕੁਲ ਮਹਿਸੂਸ ਨਹੀਂ ਕਰ ਰਹੇ ਸੀਗੇ ਨਾ ਮੈਨੂੰ ਕਦੇ ਫੀਲ ਹੋਣ ਦਿੱਤਾ ਉਹਨਾਂ ਨੇ ਚਾਹੇ ਉਹ ਜਿੰਨੇ ਮਰਜ਼ੀ ਬਿਮਾਰ ਸੀ ਉਹਨਾਂ ਨੇ ਔਖੇ ਸੀ ਬਾਅਦ 'ਚ ਭਲਾ ਔਖੇ ਹੁੰਦੇ ਹੁਣ ਪਰ ਮੇਰੇ ਸਾਹਮਣੇ ਕਦੇ ਸ਼ੋਅ ਨਹੀਂ ਹੋਣ ਦਿੱਤਾ ਉਹਨਾਂ ਨੇ ਤਾਂ ਕਿ ਤੁਹਾਡਾ ਮੋਰਾਲ ਡਾਊਨ ਨਾ ਹਾਂਜੀ ਜਦੋਂ ਇਹ ਹਾਦਸਾ ਹੋਇਆ ਤੁਹਾਡੀ ਫੈਮਿਲੀ 'ਚ ਟ੍ਰੈਜਡੀ ਹੋਈ ਬਿਲਕੁਲ ਅਤੇ ਸਾਨੂੰ ਯਾਦ ਹੈ ਵੀ ਅਸੀਂ ਵੀ ਸਵੇਰੇ ਆਪਣੀ ਮੋਰਨਿੰਗ ਮੀਟਿੰਗ ਵਿੱਚ ਸੀਗੀ ਸਭ ਨੇ ਕਿਹਾ ਵੀ ਬੜਾ ਮਾੜਾ ਕੰਮ ਹੋਇਆ ਵੀ ਤੁਸੀਂ ਇੱਕ ਹੀਰੋ ਬਣ ਕੇ ਆਏ ਕੰਟਰੀ ਵਾਸਤੇ ਔਰ ਤੁਹਾਨੂੰ ਇੰਨਾ ਵੱਡਾ ਦੁੱਖ ਦਾ ਸਾਹਮਣਾ ਕਰਨਾ ਪਿਆ ਸ਼ਟਰ ਹੋ ਗਿਆ ਉਹਨੇ ਤੁਸੀਂ ਇਸ ਚੀਜ਼ ਨਾਲ ਬਿਲਕੁਲ ਇਹ ਦੇਖੋ ਜੀ ਮੈਨੂੰ 6 ਤਰੀਕ ਨੂੰ ਮੋਗਾ ਦੇ DC MLA ਸਰ ਆਪਣੇ DSO ਸਰ ਆਪਣੇ ਸਪੋਰਟਸ ਦੇ ਹੋਰ ਵੀ ਮਤਲਬ ਜਿਹੜੇ ਮੇਨ ਮੋਢੀ ਬੰਦੇ ਹੁੰਦੇ ਆਪਣੇ ਸ਼ਹਿਰ ਦੇ ਉਹਨਾਂ ਨੇ ਮਤਲਬ ਮੈਨੂੰ ਰਿਸੀਵ ਕਰਨਾ ਸੀਗਾ ਮਤਲਬ ਸ਼ਹਿਰ ਵਿੱਚ ਗੇੜਾ ਕੱਢਣਾ ਸੀ ਫਿਰ ਸਾਡੇ ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਕੀਤਾ ਸੀਗਾ ਪ੍ਰੋਗਰਾਮ ਸੈੱਟ ਪਿੰਡ ਵਿੱਚ ਅਤੇ ਉਹਨਾਂ ਨੇ ਮੈਨੂੰ ਰਿਸੀਵ ਕਰਨਾ ਸੀਗਾ ਵੀ ਸਾਰਾ ਮਤਲਬ ਪ੍ਰੋਗਰਾਮ ਸਾਰਾ ਸੈੱਟ ਸੀਗਾ ਕਿੱਥੇ 6 ਤਰੀਕ ਨੂੰ ਪੂਰੀਆਂ ਤਿਆਰੀਆਂ ਹੋ ਰਹੀਆਂ ਸੀਗੀਆਂ ਬੱਚਿਆਂ ਨੇ ਟੀ-ਸ਼ਰਟਾਂ ਸਵਾਈਆਂ ਮੇਰੀਆਂ ਫੋਟੋਆਂ ਲਵਾ ਕੇ ਅਤੇ ਕਿੱਥੇ ਮੈਂ 6 ਤਰੀਕ ਨੂੰ ਆਪਣੇ ਡੈਡੀ ਦਾ ਸੰਸਕਾਰ ਕੀਤਾ ਬੜਾ ਵੱਡਾ ਲੌਸ ਹੈ ਤੁਹਾਡੀ ਲਾਈਫ ਹਾਂਜੀ ਅਤੇ ਨੋਰਮਲੀ ਹੁਣ ਲਾਈਫ ਬਦਲੀ ਹੈ ਤੁਹਾਡੀ ਮਤਲਬ ਏਸ਼ੀਅਨ ਗੇਮਸ ਤੋਂ ਬਾਅਦ ਬਦਲ ਗਈ ਬਟ ਤੁਹਾਡੇ ਸਿਰ 'ਤੇ ਤੁਹਾਡੇ ਫਾਦਰ ਨਹੀਂ ਰਹੇ ਇੱਕ ਇਮੋਸ਼ਨਲ ਸਟ੍ਰੈਸ ਵੀ ਹੈ ਉਹ ਲਾਈਫ ਵੀ ਚੇਂਜ ਹੋਈ ਹੈ ਜ਼ਿੰਮੇਵਾਰੀ ਘਰ ਘਰੇਲੂ ਜ਼ਿੰਮੇਵਾਰੀ ਪਿਓ ਦੀ ਕਮੀ ਕਦੇ ਨਹੀਂ ਪੂਰੀ ਹੋ ਸਕਦੀ ਪਿਓ ਇੱਕ ਇੱਦਾਂ ਦਾ ਇੱਕ ਹੌਸਲਾ ਇੱਕ ਆਸਰਾ ਹੁੰਦਾ ਆਪਣੇ ਵਾਸਤੇ ਉਹ ਕਮੀ ਨਹੀਂ ਪੂਰੀ ਹੋ ਸਕਦੀ ਕਦੇ ਪਰ ਮੇਰੀ ਮਾਂ ਹੁਣ ਕਹਿ ਰਹੀ ਆ ਵੀ ਤੂੰ ਜਾ ਆਪਣੀ ਗੇਮ ਸ਼ੁਰੂ ਕਰ ਵੀ ਮੈਂ ਬੈਠੀ ਹਾਂ ਉੱਥੇ ਜਦੋਂ ਜਕਾਰਤਾ ਦੇ ਵਿੱਚ ਸੀਗੇ ਅਤੇ ਫਾਦਰ ਦੀ ਯਾਦ ਆਉਂਦੀ ਸੀ ਤੁਹਾਨੂੰ ਜਦੋਂ ਵੀ ਕੋਈ ਟੂਰਨਾਮੈਂਟ ਲਈ ਜਾਂ ਅੱਗੇ ਕੋਈ ਕੰਪੀਟੀਸ਼ਨ ਲਈ ਜਾਂਦੇ ਸੀ ਔਰ ਕੁਆਲੀਫਾਈ ਕੀਤਾ ਫਾਈਨਲ ਵਿੱਚ ਕਿਤੇ ਕੋਈ ਗੱਲ ਯਾਦ ਆਉਂਦੀ ਹੋਵੇ ਮਤਲਬ ਪਹਿਲਾਂ ਮੈਂ ਜਿੱਦਾਂ ਮੰਮੀ ਨਾਲ ਗੱਲ ਮੇਰੀ ਡੇਲੀ ਹੁੰਦੀ ਰਹਿੰਦੀ ਹੈ ਜੀ 2-3 ਵਾਰ ਉਹਨਾਂ ਨੂੰ ਪੁੱਛਦਾ ਰਹਿੰਦਾ ਵੀ ਕਿਵੇਂ ਆ ਡੈਡੀ ਕਿਵੇਂ ਆ ਕੀ ਖਾਧਾ ਇਹ ਮੈਨੂੰ ਮਤਲਬ ਕਹਿੰਦੇ ਸੀ ਠੀਕ ਆ ਮਤਲਬ ਵਧੀਆ ਨਹੀਂ ਫਿਰ ਮੈਂ ਜਦੋਂ ਮੈਡਲ ਆਉਣ ਤੋਂ ਬਾਅਦ ਕਿਸੇ ਨਿਊਜ਼ ਚੈਨਲ 'ਤੇ ਦੇਖਿਆ ਮੈਂ ਡੈਡੀ ਨੂੰ ਉਹ ਫੜ ਕੇ ਲੈ ਕੇ ਆ ਰਹੇ ਨੇ ਪਿੰਡਾਂ ਦੇ ਲੋਕ ਅਤੇ ਮੈਂ ਬੜਾ ਡਰ ਗਿਆ ਮੈਂ ਕਿਹਾ ਵੀ ਫਿਰ ਮੈਂ ਫੋਨ ਕੀਤਾ ਉਸੇ ਟਾਈਮ ਘਰ ਮੈਂ ਵੀ ਕੀ ਚੱਕਰ ਆ ਇਹ ਡੈਡੀ ਨੂੰ ਇੱਦਾਂ ਕਿਉਂ ਲੈ ਕੇ ਆ ਰਹੇ ਨੇ ਉਹ ਕਹਿੰਦੇ ਵੀ ਉੱਦਾਂ ਹੀ ਬਈ ਚੱਕਰ ਆ ਕੇ ਡਿੱਗ ਨਾ ਜਾਣ ਮੈਂ ਫਿਰ ਥੋੜ੍ਹਾ ਜਿਹਾ ਵੀ ਮੈਂ ਕਿਹਾ ਵੀ ਠੀਕ ਆ ਚਲੋ ਕੋਈ ਗੱਲ ਨਹੀਂ ਅਤੇ ਇੱਦਾਂ ਵੀ ਕਿਤੇ ਨਾ ਕਿਤੇ ਡਰਦਾ ਰਹਿੰਦਾ ਹੀ ਸੀਗਾ ਵੀ ਇੰਨੀ ਵੱਡੀ ਬਿਮਾਰੀ ਨਾ ਉਹ ਸਾਹਮਣਾ ਕਰ ਰਹੇ ਹਨ ਤਜਿੰਦਰ ਉਹ ਕੈਂਸਰ ਵਰਗੀ ਬਿਮਾਰੀ ਨਾਲ ਲੜ ਰਹੇ ਸੀ ਲਗਾਤਾਰ ਹੋਸਪਿਟਲ ਸੀ ਕਾਫੀ ਟਾਈਮ ਤੁਸੀਂ ਆਪਣਾ ਫੋਕਸ ਕਰ ਰਹੇ ਸੀ ਕੰਟਰੀ ਵਾਸਤੇ ਮੈਡਲ ਲੈ ਕੇ ਆਉਣਾ ਇਹ ਕਿੰਨਾ ਕੁ ਮੁਸ਼ਕਿਲ ਹੁੰਦਾ ਇਹ ਚੀਜ਼ਾਂ ਨੂੰ ਬੈਲੈਂਸ ਰੱਖਣਾ ਟਫ ਤਾਂ ਹੁੰਦਾ ਹੀ ਆ ਜਦੋਂ ਆਪਾਂ ਘਰ ਇੱਦਾਂ ਦੀ ਕੋਈ ਵੱਡੀ ਪ੍ਰੋਬਲਮ ਹੋਵੇ ਉਹਦੇ ਤੋਂ ਉੱਤੇ ਉੱਠ ਕੇ ਆਪਾਂ ਨੂੰ ਸਟਰੋਂਗ ਹੋਣਾ ਪੈਂਦਾ ਵੀ ਸਾਰਾ ਕੁਝ ਆਪਾਂ ਨੂੰ ਰੱਬ 'ਤੇ ਛੱਡਣਾ ਪੈਂਦਾ ਵੀ ਜੋ ਵਾਹਿਗੁਰੂ ਕਰੂਗਾ ਵਧੀਆ ਹੀ ਕਰੂਗਾ ਵੀ ਪਹਿਲੇ ਨੰਬਰ 'ਤੇ ਤਾਂ ਆਪਣੀ ਕੰਟਰੀ ਹੁੰਦੀ ਹੈ ਦੇਖੋ ਆਪਾਂ ਜਿਹੜੇ ਆਪਣੇ ਡਿਫੈਂਸ ਦੇ ਨੇ ਸਾਰੇ ਬੰਦੇ ਦੇਖੋ ਆਪਣੀ ਕੰਟਰੀ ਵਾਸਤੇ ਜਾਨ ਮਾਰਦੇ ਨੇ ਜੇ ਉਹ ਘਰ ਬਾਰੇ ਸੋਚਣ ਲੱਗ ਜਾਣ ਤਾਂ ਆਪਾਂ ਮੈਨੂੰ ਲੱਗਦਾ ਨਹੀਂ ਆਪਣਾ ਕੰਟਰੀ ਜ਼ਿਆਦਾਤਰ ਕੋਈ ਸੇਫ ਰਹੂਗੀ ਹੈ ਨਾ ਇਸੇ ਨੂੰ ਇਹ ਇੱਦਾਂ ਦੀਆਂ ਚੀਜ਼ਾਂ ਨੂੰ ਸੋਚ ਕੇ ਹੀ ਫਿਰ ਮਿਹਨਤ ਵਾਲਾ ਆਪਾਂ ਚੱਲੇ ਇਹ ਪਹਿਲੇ ਨੰਬਰ 'ਤੇ ਕੰਟਰੀ ਰੱਖੀ ਵੀ ਕੰਟਰੀ ਦਾ ਝੰਡਾ ਉੱਤੇ ਲੈ ਕੇ ਜਾਣਾ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਸਾਰਾ ਵਧੀਆ ਹੋਇਆ ਕੀ ਕਹਿਣਾ ਸੀ ਤੁਹਾਡੇ ਫਾਦਰ ਨੇ ਜੇ ਫਾਦਰ ਦੇ ਗਲੇ 'ਚ ਆ ਕੇ ਮੈਡਲ ਪਾਉਂਦੇ ਹੁਣ ਜਿੱਦਾਂ ਪਿੰਡ ਦੇ ਲੋਕ ਦੱਸਦੇ ਨੇ ਜਦੋਂ ਮੈਡਲ ਆਇਆ ਵਧਾਈ ਦੇਣ ਆਏ ਲੋਕ ਉਦੋਂ ਡੈਡੀ ਪੂਰਾ ਖੁਸ਼ ਸੀਗੇ ਲਾਈਵ ਦੇਖ ਰਹੇ ਸੀਗੇ ਕੰਪੀਟੀਸ਼ਨ ਤਾੜੀਆਂ ਮਾਰ ਰਹੇ ਸੀ ਮੈਨੂੰ ਮੇਰੇ ਮਾਤਾ ਜੀ ਕਹਿੰਦੇ ਵੀ
ਉਹਨੂੰ ਕਿਹੜਾ ਵੀ ਦਿਖ ਰਿਹਾ ਵੀ ਤੁਸੀਂ ਤਾੜੀਆਂ ਮਾਰਦੇ ਹੋ। ਕਹਿੰਦੇ ਵੀ ਮੇਰੀ ਖੁਸ਼ੀ ਆ ਵੀ ਇੰਨੀ ਮਿਹਨਤ ਕਰਕੇ ਬੰਦਾ ਉੱਥੇ ਪਹੁੰਚਿਆ ਵਾ। ਮਤਲਬ ਆਪਣਾ ਬੋਲ ਤਾਂ ਸਕਦੇ ਨਹੀਂ ਸੀ ਵਿਚਾਰੇ, ਆਵਾਜ਼ ਹੈ ਬੰਦ ਹੋ ਗਈ ਸੀ ਉਹਨਾਂ ਦੀ, ਫੀਲਿੰਗ ਹੀ ਮਤਲਬ ਇੱਦਾਂ ਹੀ ਆਪਣਾ ਦੱਸਦੇ ਸੀ ਇਸ਼ਾਰਿਆਂ ਨੂੰ। ਕੁਛ ਯਾਦ ਹੈ ਵੀ ਕਦੀ ਹੱਥ ਫੜ ਕੇ ਗਰਾਊਂਡ ਲੈ ਕੇ ਗਏ ਹੋਣ? ਹਾਂਜੀ, ਮੈਂ ਮੇਰੇ ਵੱਜਦੀਆਂ ਬਹੁਤ ਰਹੀਆਂ ਸੀ, ਕੁੱਟਦੇ ਰਹੇ ਮੈਨੂੰ। ਮੈਂ ਪਹਿਲਾਂ ਜਿੱਦਾਂ ਕ੍ਰਿਕਟ ਵੱਲ ਤੁਰ ਜਾਂਦਾ, ਉਹਨਾਂ ਨੂੰ ਵਧੀਆ ਨਹੀਂ ਲੱਗਦਾ ਸੀ ਇੰਨਾ ਵੀ ਮੇਰਾ ਕ੍ਰਿਕਟ ਖੇਡਣਾ। ਉਹ ਕਹਿੰਦੇ ਵੀ ਤੂੰ ਵਧੀਆ ਗੇਮ ਕਰ, ਜਿਵੇਂ ਤੇਰਾ ਚਾਚਾ ਗੋਲਾ ਸਿੱਟਦਾ ਵਾ। ਅਤੇ ਫਿਰ ਉੱਦਾਂ ਹੀ ਮਤਲਬ ਥੋੜ੍ਹਾ ਰੁਝਾਨ, ਉਹਨਾਂ ਨੇ ਧੱਕੇ ਨਾਲ ਮੈਨੂੰ ਇੱਕ ਵਾਰ ਐਂਟਰ ਕੀਤਾ ਇੱਧਰ, ਫਿਰ ਸਾਲ ਦੇ ਸਾਲ ਜਿਵੇਂ ਬੀਜਦੇ ਗਏ, ਫਿਰ ਗੇਮ ਹੁਣ ਤਾਂ ਬਲੱਡ ਜੀ ਵੱਸ ਗਈ। ਮਤਲਬ ਰੁਝਾਨ ਤੁਹਾਡਾ ਕ੍ਰਿਕਟ ਸੀਗਾ ਜਿਵੇਂ ਨੋਰਮਲੀ, ਉੱਦਾਂ ਜਿੱਦਾਂ ਆਪਾਂ ਗਲੀ ਵਾਲੇ ਖੇਡਦੇ ਹੁੰਦੇ, ਗਲੀ ਕ੍ਰਿਕਟ ਦਾ ਹੁੰਦਾ। ਹਾਂਜੀ ਹਾਂਜੀ, ਬਸ ਬਸ, ਬਟ ਉਹ ਤੁਹਾਨੂੰ ਸ਼ਾਰਟ ਫੁੱਟਬਾਲ ਵੱਸ ਲਿਆ? ਹਾਂਜੀ ਹਾਂਜੀ, ਉਹ ਕਹਿੰਦੇ ਆਹ ਇੰਡੀਵਿਜੁਅਲ ਗੇਮ ਕਰ ਜਿਹਦੀ ਕੋਈ ਅੱਗੇ ਜਾ ਕੇ ਵੈਲਿਊ ਵੀ ਪਵੇ। ਮਤਲਬ ਉਹ ਇੱਕ ਇੰਨਾ ਇੰਨੇ ਵਿਜ਼ਨਰੀ ਸੀਗੇ ਵੀ ਉਹਨਾਂ ਨੇ ਤੁਹਾਡੇ ਵਾਸਤੇ ਇੱਕ ਦੇਖ ਲਿਆ ਸੀ ਵੀ ਇੰਡੀਵਿਜੁਅਲ ਗੇਮ ਕਰਨੀ ਹੈ। ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਅਤੇ ਹੁਣ ਅੱਗੇ ਟੋਕੀਓ ਆ ਰਿਹਾ 2020, ਔਰ ਤੁਸੀਂ ਕਿਹਾ ਵੀ ਇਹ ਆਪਣੇ ਤੁਹਾਡੇ ਫਾਦਰ ਨੂੰ ਇੱਕ ਟ੍ਰਿਬਿਊਟ ਹੋਏਗਾ। ਹਾਂਜੀ, ਉਹਦੇ ਲਈ ਕਿੱਦਾਂ ਮਿਹਨਤ ਕਰੋਗੇ? ਉਹਦੇ ਲਈ ਬਸ ਹੁਣ ਜੁੜ ਜਾਂਦੇ ਹਾਂ ਫਿਰ ਅਗਲੇ ਮਹੀਨੇ ਤੋਂ ਕੋਚ ਨੂੰ, ਫਿਰ ਇਕੱਠੇ ਹੋਵਾਂਗੇ ਕੈਂਪ ਦੇ ਵਿੱਚ, ਕਰਾਂਗੇ ਹਾਰਡ ਵਰਕ ਹੋਰ ਕਰਾਂਗੇ, ਮਿਹਨਤ ਕਰਾਂਗੇ। ਤੁਹਾਡੇ ਫਾਦਰ ਨੇ ਕਦੀ ਕਿਹਾ ਸੀ ਇਸ ਚੀਜ਼ ਬਾਰੇ ਵੀ ਹਮੇਸ਼ਾ ਮਾਇੰਡਸੈਟ ਬੜਾ ਸਟਰੋਂਗ ਰੱਖਣਾ? ਹਾਂਜੀ, ਉਹ ਤਾਂ ਫਿਰ ਆਪਣੇ ਸਾਰੇ ਪੇਰੈਂਟਸ ਇੱਦਾਂ ਦੱਸਦੇ ਰਹਿੰਦੇ ਵੀ, ਆਪਣੀ ਨਸੀਹਤ ਦਿੰਦੇ ਰਹਿੰਦੇ ਵੀ ਕਿੱਦਾਂ ਕਿੱਦਾਂ ਕਿਵੇਂ, ਹੈ ਨਾ। ਮਤਲਬ ਇਹ ਸਾਰੀ ਜੋ ਤੁਹਾਡੀ ਅਚੀਵਮੈਂਟ ਹੈ, ਹਾਂਜੀ, ਜੇ ਮਤਲਬ ਉਹ ਤੁਹਾਨੂੰ ਇੱਕ ਗਾਈਡਿੰਗ ਫੋਰਸ ਬਣੇ ਤੁਹਾਡੇ ਲਈ, ਜੇ ਉਹ ਗਾਈਡ ਨਾ ਕਰਦੇ ਤੁਹਾਨੂੰ ਲੱਗਦਾ ਤੁਸੀਂ ਇੱਥੇ ਨਹੀਂ ਪਹੁੰਚ ਸਕਦੇ ਸੀ? ਬਿਲਕੁਲ, ਇਹ ਘਰ ਤੋਂ ਹੀ ਸ਼ੁਰੂ ਹੁੰਦਾ ਜੀ। ਫਿਰ ਤੁਹਾਡੀ ਬਾਹਰ ਦੀ ਫਰੈਂਡ ਸਰਕਲ ਕਿੱਦਾਂ ਵਾ, ਫਿਰ ਅੱਗੇ ਤੁਹਾਨੂੰ ਕੋਚ ਕਿੱਦਾਂ ਦਾ ਮਿਲਿਆ, ਇਹ ਸਾਰੀਆਂ ਚੀਜ਼ਾਂ ਕਾਊਂਟ ਹੁੰਦੀਆਂ ਜੀ। ਅਤੇ ਹੁਣ ਮਦਰ ਦੀ ਜ਼ਿੰਮੇਵਾਰੀ ਵੀ ਤੁਹਾਡੇ? ਹਾਂਜੀ ਬਿਲਕੁਲ। ਸੋ ਇਹ ਸੀ ਕਹਾਣੀ ਏਸ਼ੀਅਨ ਗੋਲਡ ਮੈਡਲਿਸਟ ਤਜਿੰਦਰਪਾਲ ਸਿੰਘ ਟੂਰ। ਤਜਿੰਦਰ ਦੇ ਘਰ ਬਹੁਤ ਜ਼ਿਆਦਾ ਮੁਸ਼ਕਲਾਂ ਵੀ ਸੀਗੀਆਂ, ਉਹਨਾਂ ਦੇ ਫਾਦਰ ਬਹੁਤ ਬਿਮਾਰ ਸੀ, ਲੇਕਿਨ ਫਿਰ ਵੀ ਉਹਨਾਂ ਨੇ ਜਿਹੜਾ ਕੰਟਰੀ ਨੂੰ ਉੱਪਰ ਰੱਖਿਆ ਔਰ ਮੈਡਲ ਕੰਟਰੀ ਦੀ ਝੋਲੀ ਦੇ ਵਿੱਚ ਪਾਇਆ। ਅਗਲੇ ਹਫ਼ਤੇ ਪ੍ਰੋਗਰਾਮ ਮਿੱਤਰਾਂ ਦਾ ਨਾਂ ਚੱਲਦਾ ਵਿੱਚ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਨਾਲ। ਤਦ ਤੱਕ ਦੋ ਇਜਾਜ਼ਤ।